ਹਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਬੀ ਚਿਹਰੇ ਦਾ ਰੇਖਾਚਿੱਤਰ ਹੈ ਜਿੰਦ ਯਾਰਾਂ ਲਈ ਜਿੰਦ ਹਾਜ਼ਰ ਕਰਨ ਵਾਲਾ ਜਿੰਦਰ ਪਿਛਲੀ ਸਦੀ ਦੇ 9ਵੇਂ ਦਹਾਕੇ ਦੇ ਅਧਜੈ ਇੱਕ ਗੈਰ ਸਾਹਿਤਿਕ ਤੇ ਫਿਲਮੀ ਜੇ ਰਸਾਲੇ 'ਚ ਹਲਕੇ ਪੱਦਰ ਦੀ ਇੱਕ ਕਹਾਣੀ ਪੜੀ ਕਹਾਣੀ ਦਾ ਨਾਂ ਤਾਂ ਹੁਣ ਯਾਦ ਨਹੀਂ ਪਰ ਲੇਖਕ ਦਾ ਨਾਂ ਜਿਵੇਂ ਯਾਦ ਹੈ ਜਿੰਦਰ ਦੋ ਕੁ ਦਹਾਕਿਆਂ ਬਾਅਦ ਜਦੋਂ ਸਾਡੀ ਕਾਗਜ਼ੀ ਜਾਣ ਪਛਾਣ ਦੋਸਤੀ 'ਚ ਬਦਲ ਗਈ ਤਾ ਇੱਕ ਦਿਨ ਮੈਂ ਉਹਨੂੰ ਸ਼ਰਾਰਤ ਨਾਲ ਕਿਹਾ ਕਿ ਸ਼ੁਰੂਆਤੀ ਦੌਰ ਚ ਤਾਂ ਤੂੰ ਬਹੁਤ ਹੀ ਹੇਟਲੇ ਪੱਦਰ ਦੇ ਮੈਗਜ਼ੀਨਾਂ 'ਚ ਛਪਦਾ ਰਿਹਾ। ਉਹਨੇ ਹੱਸ ਕੇ ਜਵਾਬ ਦਿੱਤਾ ਇਹ ਕਿਹੜੀ ਗੱਲ ਹੈ? ਕਈ ਵੱਡੇ ਲੇਖਕ ਪਹਿਲਾਂ ਇਹਨਾਂ ਰਸਾਲਿਆਂ 'ਚ ਹੀ ਛਪਦੇ ਰਹੇ ਨੇ। ਪਰ ਹੁਣ ਜਿੰਦਰ ਹਲਕੇ ਪੱਦਰ ਦੀਆਂ ਕਹਾਣੀਆਂ ਲਿਖ ਕੇ ਹਲਕੇ ਪੱਦਰ ਦੇ ਮੈਗਜ਼ੀਨਾਂ 'ਚ ਨਹੀਂ ਛਪਦਾ। ਉਹ ਤਾਂ ਹੁਣ ਪਾਇਦਾਰ ਤੇ ਉੱਚ ਬੌਧਿਕ ਪੱਦਰ ਦੀਆਂ ਕਹਾਣੀਆਂ ਲਿਖ ਪੰਜਾਬੀ ਦੇ ਚੋਟੀ ਦੇ ਮੈਗਜ਼ੀਨਾਂ 'ਚ ਛਪਦਾ ਹੈ। ਉਹਨੇ ਜ਼ਖਮ, ਜਿੱਤ, ਦਰਦ, ਪਾਪ, ਡਰ, ਸੋਰੀ ਆਦਿ ਸ਼ਾਹਕਾਰ ਕਹਾਣੀਆਂ ਲਿਖ ਕੇ ਅਲੋਚਕਾਂ ਤੇ ਪਾਟਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਡਾਕਟਰ ਜਗENDER ਸਿੰਘ ਰਾਹੀ ਨੇ ਆਪਣੀ ਪੁਸਤਕ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਚ ਕਪਾਲ ਦੀ ਭੂਮਿਕਾ ਚ ਲਿਖਿਆ ਕਿ ਉਹ ਇਸ ਕਿਤਾਬ ਤੋਂ ਬਾਅਦ ਬਰੀਅਮ ਸੰਦੂ ਤੇ ਜਿੰਦਰ ਦੀਆਂ ਕਹਾਣੀਆਂ ਤੇ ਕੰਮ ਕਰੇਗਾ ਉਹਦੀਆਂ ਕਹਾਣੀਆਂ ਪੰਜਾਬੀ ਨਹੀਂ ਸਗੋਂ ਹੋਰਨਾਂ ਭਾਸ਼ਾਵਾਂ ਵਿੱਚ ਜਿਵੇਂ ਹਿੰਦੀ ਤੇਲਗੂ ਕੰਨੜਾਦ ਵਿੱਚ ਅਨੁਵਾਦ ਹੋ ਕੇ ਉਹਨਾਂ ਭਾਸ਼ਾਵਾਂ ਦੀ ਮੈਗਜ਼ੀਨਾਂ ਚ ਹੀ ਛਪਦੀਆਂ ਪਾਕਿਸਤਾਨ ਦੇ ਪੰਜਾਬੀ ਪਾਠਕ ਉਹਦੀਆਂ ਕਹਾਣੀਆਂ ਸ਼ਾਹਮੁਖੀ ਲਿਪੀ ਤੇ ਸਿੰਧੀ ਚ ਛਪੀਆਂ ਪੜਦੇ ਐ ਪੰਜਾਬੀ ਦੇ 99 ਕਹਾਣੀਕਾਰਾਂ ਦੀ ਸੂਚੀ ਚ ਹੁਣ ਉਹਦਾ ਨਾਮ ਆਉਂਦਾ ਮੇਰੇ ਤੋਂ ਬਾਅਦ ਵਿੱਚ ਕਹਾਣੀ ਲਿਖਣਾ ਸ਼ੁਰੂ ਕਰਕੇ ਉਹ ਮੇਰੇ ਤੋਂ ਅੱਗੇ ਲੰਘ ਗਿਆ ਜਿਵੇਂ ਮਰਹੂਮ ਰਾਮ ਸਰੂਪਣ ਕੀ ਕਹਿਆ ਕਰਦੇ ਸਨ ਕਿ ਮੇਰੇ ਚ ਕੋਈ ਬਹੁਤੀ ਪ੍ਰਤਿਭਾ ਨਹੀਂ ਮੈਂ ਤਾਂ ਆਪਣੀ ਮਿਹਨਤ ਨਾਲ ਸਾਹਿਤ ਵਿੱਚ ਸਥਾਨ ਬਣਾਇਆ ਉਸੇ ਤਰ੍ਹਾਂ ਜੇ ਜਿੰਦਰਦਨ ਪੰਜਾਬੀ ਸਾਹਿਤ ਚ ਕੋਈ ਸਥਾਨ ਹੈ ਤਾਂ ਉਹਦੀ ਮਿਹਨਤ ਦਾ ਨਤੀਜਾ ਹੀ ਐ ਅਸਲ 'ਚ ਜਦੋਂ ਮੈਂ ਕਿਸੇ ਕਹਾਣੀ ਤੇ ਜਿੰਦਰ ਦਾ ਨਾਮ ਪੜ੍ਹਿਆ ਤਾਂ ਮੈਨੂੰ ਬੜਾ ਹੀ ਅਜੀਬ ਲੱਗਾ ਕਿ ਜਿੰਦਰ ਵੀ ਕੋਈ ਨਾਮ ਹੁੰਦਾ ਮੇਰਾ ਨਾਮ ਵੀ ਅਜੈ ਹੋਣ ਕਰਕੇ ਮੈਨੂੰ ਜ਼ਿਆਦਾ ਹੈਰਾਨੀ ਤੇ ਦੁੱਖ ਹੋਇਆ ਕਿ ਕਿਵੇਂ ਚੰਗੇ ਭਲੇ ਨਾਂ ਦੀ ਇਸ ਬੰਦੇ ਨੇ ਵੱਡ ਟੁੱਕ ਕਰ ਦਿੱਤੀ ਹੈ ਲੇਖਕਾਂ ਤੇ ਕਲਾਕਾਰਾਂ ਵਾਂਗ ਨਿਆਰਾ ਜਾਂ ਨਵਾਂ ਨਾਮ ਰੱਖਣ ਦੀ ਬਜਾਏ ਉਹਨੇ ਆਪਣੇ ਨਾਮ ਦੇ ਅੱਗੇ ਤਰ ਪਿਛੇ ਤਰ ਹਰ ਤੇ ਪਾਲ ਕੱਟ ਦਿੱਤੇ ਤੇ ਉਹਨੇ ਆਪਣੇ ਨਾਮ ਦੇ ਨਾਲ ਸਿੰਘ, ਰਾਮ, ਰਹੀਮ, ਚੰਦ, ਪ੍ਰਕਾਸ਼, ਦਾਸ, ਪ੍ਰਸ਼ਾਦ, ਲਾਲ, ਕੁਮਾਰ ਆਦਿ ਕੁਝ ਵੀ ਨਹੀਂ ਲਾਇਆ ਜਿਵੇਂ ਦਿਹਾਤੀ ਪ੍ਰੋਗਰਾਮ ਵਾਲੇ ਠੰਡੂ ਰਾਮ ਹੋਰੀ ਕਹਿੰਦੇ ਸੀ ਕਿ ਗੋਲੀ ਅੰਦਰ ਤੇ ਚੂਹਾ ਜਲੰਧਰ ਉਸੇ ਤਰ੍ਹਾਂ ਮੈਂ ਸੋਚਦਾ ਕਿ ਜਿੰਦਰ ਜਲੰਧਰ ਵੀ ਵਧੀਆ ਨਾ ਹੋਣਾ ਸੀ ਉਹਨੂੰ ਦਲਹੌਜ਼ੀ ਦੇ ਮੇਰ ਹੋਟਲ 'ਚ ਅਣਖੀ ਸਾਹਿਬ ਵੱਲੋਂ ਕਰਾਈ ਕਹਾਣੀ ਗੋਸ਼ਟੀ 'ਚ ਮੈਂ ਪਹਿਲੀ ਵਾਰੀ ਵੇਖਿਆ ਤਾਂ ਪਤਾ ਲੱਗਿਆ ਕਿ ਨਾ ਹੀ ਨਹੀਂ ਉਹਦਾ ਤਾਂ ਸਰੀਰ ਵੀ ਵੱਡਿਆ ਟੁੱਕਿਆ ਹੋਇਆ ਹੈ ਉਹਦੇ ਚਿਹਰੇ ਤੇ ਦੋ ਵੱਡੇ ਵੱਡੇ ਜ਼ਖਮਾਂ ਦੇ ਨਿਸ਼ਾਨ ਨੇ ਖੱਬੇ ਪਾਸੇ ਗੱਲ ਉੱਪਰ 6 ਇੰਚ ਤੋਂ ਵੀ ਵੱਡਾ ਨਿਸ਼ਾਨ ਕੰਨ ਤੋਂ ਲੈ ਕੇ ਬੁੱਲ ਤੱਕ ਜਾਂਦਾ ਹੈ ਸੱਜੇ ਪਾਸੇ ਵਾਲਾ ਠੋਡੀ ਤੋਂ ਹੇਠਾਂ ਵੱਲ ਜਾਂਦਾ। ਉਹਦਾ ਸੱਜੇ ਹੱਥ ਦਾ ਅੰਗੂਠਾ ਜੜ ਤੋਂ ਹੀ ਕੱਟਿਆ ਹੋਇਆ ਹੈ। ਖੱਬੇ ਗੁੱਟ ਉੱਤੇ ਵੀ ਕੱਟ ਦਾ ਵੱਡਾ ਨਿਸ਼ਾਨ ਹੈ। ਸੱਟ ਦੀ ਮਾਰ ਕਰਕੇ ਖੱਬਾ ਹੱਥ ਉਹਦਾ ਉੰਜ ਹੀ ਕਮਜ਼ੋਰ ਹੋ ਗਿਆ। ਕਹਾਣੀ ਗੋਸ਼ਟੀ ਤੋਂ ਵਾਪਸ ਆ ਰਹੇ ਸੀ ਤੇ ਰਾਹ ਵਿੱਚ ਹੀ ਸੜਕ ਦੇ ਇੱਕ ਪਾਸੇ ਗੱਡੀ ਰੋਕ ਪਹਾੜੀਆਂ ਦੇ ਦ੍ਰਿਸ਼ ਵੇਖਣ ਲੱਗ ਪਏ। ਉਸੇ ਸਮੇਂ ਗੁਜਰਾਂ ਦਾ ਇੱਕ ਟੋਲਾ ਆਪਣੇ ਪਸ਼ੂਆਂ ਸਮੇਤ ਉੱਥੋਂ ਗੁਜ਼ਰ ਰਿਹਾ ਸੀ। ਉਹਨਾਂ ਚ ਇੱਕ ਵਿਅਕਤੀ ਦੀ ਕੋਹਣੀ ਕੋਲੋਂ ਬਾਂਹ ਕੱਟੀ ਹੋਈ ਸੀ। ਉਸ ਗੁਜਰਵਾਲ ਵਿਖੇ ਬਲਦੇਵ ਸਿੰਘ ਸੜਕਨਾਮਾ ਬੋਲਿਆ ਯਾਰ ਆਪਣਾ ਜਿੰਦਰ ਵੀ ਬਾਲਾ ਹੀ ਕਟਿਆ ਵੱਡਿਆ ਪਿਆ ਜਿਵੇਂ ਕਿਸੇ ਰੇਲ ਗੱਡੀ ਹੇਠ ਆਇਆ ਹੁੰਦਾ ਹੈ ਰੇਲ ਗੱਡੀ ਤਾਂ ਨਹੀਂ ਵਿਚਾਰਾ ਜਿੰਦਰ ਤਾਂ ਜਵਾਨੀ ਚ ਇੱਕ ਛੋਟੇ ਜਿਹੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜੋ ਉਹਨੂੰ ਉਮਰ ਭਰ ਲਈ ਵੱਡੇ ਫਟ ਦੇ ਗਿਆ ਸੀ ਇਸ ਹਾਦਸੇ ਦਾ ਜ਼ਿਕਰ ਉਹਨੇ ਆਪਣੀ ਸਵੈ ਜੀਵਨੀ ਅਜੇ ਇਹ ਅੰਤ ਨਹੀਂ ਦੇ ਅਧਿਆਇ 5 ਦਿਨ 5 ਮੌਤਾਂ 5 ਜ਼ਿੰਦਗੀਆਂ ਚ ਕੀਤਾ ਹੈ ਪਰ ਪੂਰਾ ਸੱਚ ਨਹੀਂ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ ਸੀ ਜਿਨ੍ਹਾਂ ਪਾਟਕਾਂ ਨੇ ਜਿੰਦਰ ਨੂੰ ਵੇਖਿਆ ਉਹਨਾਂ ਚ ਉਸ ਨਾਲ ਵਾਪਰੇ ਦੁਖਾਂਤ ਨੂੰ ਪੂਰੇ ਵਿਸਥਾਰ ਚ ਜਾਣਨ ਦੀ ਉਤਸੁਕਤਾ ਬਣੀ ਰਹਿੰਦੀ ਹੈ ਪਰ ਜਿੰਦਰ ਆਪਣੇ ਨਾਲ ਵਾਪਰੇ ਦੁਖਾਂਤ ਦੇ ਰਹੱਸ ਤੋਂ ਪਰਦਾ ਨਹੀਂ ਚੁੱਕਦਾ ਉਹ ਆਪਣੇ ਇੱਕ ਸਾਥੀ ਨਾਲ ਸਕੂਟਰ ਤੇ ਜਾ ਰਿਹਾ ਸੀ ਤਾਂ ਉਹ ਇੱਕ ਟਰੈਕਟਰ ਨਾਲ ਟਕਰਾ ਗਏ ਜਿਹਦੇ ਪਿੱਛੇ ਤਵੀਆਂ ਪਈਆਂ ਹੋਈਆਂ ਸੀ ਇਨਾ ਤਵੀਆਂ ਨੇ ਜਿੰਦਰ ਨੂੰ ਵੱਡ ਟੁੱਕ ਦਿੱਤਾ ਸੀ ਹਾਦਸੇ ਤੋਂ ਬਾਅਦ ਹਸਪਤਾਲ ਚ ਆਪਣੀ ਬੇਵਸੀ ਲਾਚਾਰੀ ਤੇ ਮਾਨਸਿਕ ਦਸ਼ਾ ਦਾ ਬਿਓ ਨੇ ਬੜਾ ਮਾਰਮਿਕ ਵਰਣਨ ਕੀਤਾ ਮੂਰਤ ਵਰਗੇ ਗੱਭਰੂ ਨੂੰ ਇਸ ਹਾਦਸੇ ਨੇ ਕੱਖੋਂ ਹਲਾ ਕਰਤਾ ਸੀ ਇੱਕ ਨੌਜਵਾਨ ਮੁੰਡੇ ਦੇ ਲਈ ਇਹ ਗੱਲ ਮਰਨ ਬਰਾਬਰ ਹੀ ਤਾਂ ਹੋ ਜਾਂਦੀ ਹੈ ਜਦੋਂ ਉਹਦੇ ਦੋਵਾਂ ਹੱਥਾਂ ਉੱਪਰ ਪਟੀਆਂ ਬੱਝੀਆਂ ਹੋਈਆਂ ਹੋਣ ਤੇ ਉਹਨੂੰ ਪਿਸ਼ਾਬ ਉਹਦੀ ਮਾਤਾ ਜਾਂ ਨੌਜਵਾਨ ਭੈਣ ਕਰਵਾਏ ਸ਼ੀਸ਼ੇ ਚ ਆਪਣਾ ਹੀ ਚਿਹਰਾ ਵੇਖ ਕੇ ਉਹਨੂੰ ਡਰ ਆਉਂਦਾ ਸੀ ਉਹ ਅੱਖਾਂ ਮੀਟ ਕੇ ਅੱਧ ਵੀ ਹੁਸ਼ੀ ਦੀ ਹਾਲਤ ਚ ਪਿਆ ਰਹਿੰਦਾ। ਉਹਨੂੰ ਆਪਣੀ ਸਹਿਪਾਠਣ ਦੋਸਤ ਪੁਸ਼ਪਾ ਦੀ ਯਾਦ ਆਉਂਦੀ। ਕਦੇ ਉਹਨੂੰ ਭਰਮ ਹੁੰਦਾ ਵੀ ਪੁਸ਼ਪਾ ਉਹਨੂੰ ਵੇਖਣ ਆਈ ਹੈ। ਕਦੇ ਉਹਨੂੰ ਲੱਗਦਾ ਪੁਸ਼ਪਾ ਤਾਂ ਬਾਹਰ ਖੜੀ ਹੈ ਤੇ ਸ਼ੀਸ਼ੇ ਵਿੱਚ ਹੀ ਉਹਨੂੰ ਵੇਖ ਰਹੀ ਹੈ। ਹੁਣ ਉਹ ਪੁਸ਼ਪਾ ਦੇ ਮੱਥੇ ਕਿਵੇਂ ਲੱਗੇਗਾ? ਉਹ ਅਮੀਰ ਬ੍ਰਾਹਮਣ ਪਰਿਵਾਰ ਦੀ ਸੁੰਦਰ ਕੰਨਿਆ ਸੀ ਤੇ ਪਹਿਲਾਂ ਹੀ ਉਹ ਤੋਂ ਬਹੁਤ ਉਚਾਈ ਤੇ ਖੜੋਤੀ ਸੀ ਤੇ ਹੁਣ ਤਾਂ ਉਹਦੇ ਚਿਹਰੇ ਦੀ ਗਰੂਪਤਾ ਨੇ ਇਸ ਦੂਰੀ 'ਚ ਹੋਰ ਵੀ ਵਾਧਾ ਕਰ ਦਿੱਤਾ ਹੈ। ਪੁਸ਼ਪਾ ਤੱਕ ਪਹੁੰਚਣਾ ਉਸ ਲਈ ਸੰਭਵ ਹੀ ਨਹੀਂ ਸੀ ਰਿਹਾ। ਉਹ ਹਸਪਤਾਲ ਦੇ ਬਿਸਰੇ ਤੇ ਪਿਆ ਇਹੋ ਜਿਹਾਂ ਗਿਰਤੀਆਂ ਮਿਰਤੀਆਂ ਚੁੱਲ ਜਿਆ ਰਹਿੰਦਾ। ਪੁਸ਼ਪਾ ਦੇ ਹਸਪਤਾਲ ਚ ਆਉਣ ਦਾ ਭਰਮ ਇਹਨਾ ਪਰਪੱਕ ਹੋ ਗਿਆ ਕਿ ਉਹਨੇ ਸਵੈ ਜੀਵਨੀ ਚ ਲਿਖ ਦਿੱਤਾ ਕਿ ਪੁਸ਼ਪਾ ਹਸਪਤਾਲ ਚ ਉਹਨੂੰ ਵੇਖਣ ਆਈ ਸੀ ਤੇ ਰੋਂਦੀ ਰੋਂਦੀ ਚਲੀ ਗਈ ਸੀ। ਛੁੱਟੀ ਮਿਲਣ ਤੋਂ ਬਾਅਦ ਵੀ ਕਈ ਦਿਨਾਂ ਤੱਕ ਉਹ ਆਪਣਾ ਨਾਲਾ ਖੋਲਣ ਬੰਨਣ ਤੋਂ ਅਸਮਰਥ ਸੀ। ਇੱਕ ਵਾਰ ਤਾਂ ਖੇਤਾਂ ਚ ਗਏ ਨੂੰ ਅਚਾਨਕ ਹਾਜ਼ਤ ਹੋਈ। ਉਸ ਤੋਂ ਨਾਲੇ ਦੀ ਗੰਢ ਹੀ ਪਿੱਚਕ ਗਈ ਸੀ। ਹੌਲੀ ਹੌਲੀ ਉਹ ਸਹਿਜ ਹੁੰਦਾ ਗਿਆ। ਉਹਨੇ ਭਾਣਾ ਮੰਨ ਲੈਣ ਚੀ ਆਪਣੀ ਭਲਾਈ ਸਮਝੀ। ਉਨੇ ਬਿਨਾ ਅੰਗੂਠੇ ਤੋਂ ਹੀ ਸਜੇ ਹੱਥ ਨਾਲ ਕੰਮ ਲੈਣ ਦਾ ਅਭਿਆਸ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾਂ ਰੋਟੀ ਦੀਆਂ ਬੁਰਕੀਆਂ ਤੋੜ ਕੇ ਆਪਣੇ ਮੂੰਹ 'ਚ ਪਾਉਣੀਆਂ ਸਿੱਖੀਆਂ ਇੱਕ ਲਬਿਆ ਨੇ ਤਾਂ ਪਿਤਾ ਨਹੀਂ ਇੱਕ ਲਬਿਆ ਨਾ ਤਾਂ ਪਤਾ ਨਹੀਂ ਅੰਗੂਠਾ ਵੱਢਣ ਤੋਂ ਬਾਅਦ تیر ਅੰਦਾਜ਼ੀ ਕੀਤੀ ਜਾਂ ਨਹੀਂ ਪਰ ਮਾਂ ਦੇ ਇਸ ਦਲੇਰ ਪੁੱਤ ਨੇ ਅਸਲੀ ਇਨਸਾਨ ਦੀ ਕਹਾਣੀ ਦੇ ਨਾਇਕ ਐਲੈਕਸੀ ਵਾਂਗ ਹੌਸਲਾ ਨਾ ਹਾਰਿਆ ਤੇ ਸਜੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਵਿੱਚ ਪੈਨ ਅੜਾ ਕੇ ਪਹਿਲਾਂ ਲਿਖਣਾ ਸਿੱਖਿਆ ਤੇ ਫਿਰ ਇਸ ਵੱਡੇ ਟੁੱਕੇ ਹੱਥ ਨਾਲ ਪੰਜਾਬੀ ਸਾਹਿਤ ਦੀ ਝੋਲੀ 'ਚ 70 ਕਹਾਣੀਆਂ ਤਿੰਨ ਰੇਖਾ ਚਿੱਤਰ ਸਵੈ ਜੀਵਨੀ ਦੇ ਦੋ ਭਾਗ ਤੇ ਦੋ ਸਫਰਨਾਮੇ ਪਾ ਕੇ ਗਿਣਨਾਤਮਕ ਤੇ ਗੁਣਾਤਮਕ ਵਾਧਾ ਕਰ ਦਿੱਤਾ ਜਿੰਦਰ ਦਾ ਜਨਮ ਦੁਆਬੇ ਦੀ ਧੁੰਨੀ ਜਲੰਧਰ ਜ਼ਿਲ੍ਹੇ ਦੇ ਪਿੰਡ ਲੱਧੜਾਂ 'ਚ ਜਨਮ ਅਸ਼ਟਮੀ ਵਾਲੇ ਦਿਨ ਸਾਲ 56 'ਚ ਹੋਇਆ ਘਰ 'ਚ ਘੋਰ ਗਰੀਬੀ ਸੀ ਸੁਨਿਆਰੇ ਹੋਣ ਦੇ ਬਾਵਜੂਦ ਵੀ ਪਿੰਡ ਦੇ ਜੱਟਾਂ ਲਈ ਉਹ ਕਮੀ-ਕਮੀਨ ਹੀ ਸੀ ਜਿਵੇਂ ਬੇਜ਼ਮੀਨਾ ਜੱਟ ਆਪਣੀ ਜ਼ਮੀਰ ਮਾਰ ਕੇ ساری ਉਮਰ ਸ਼ਰੀਕਾਂ ਦਾ ਸੀਰੀ ਲੱਗਿਆ ਰਹਿੰਦਾ ਹੈ ਉਸੇ ਤਰ੍ਹਾਂ ਜਿੰਦਰ ਦਾ ਪਿਤਾ ਵੀ ਬੇ ਸੋਨਾ ਸੁਨਿਆਰਾ ਹੋਣ ਕਰਕੇ ساری ਉਮਰ ਦੂਸਰੇ ਸੁਨਹਿਰਿਆਂ ਦੀਆਂ ਦੁਕਾਨਾਂ 'ਤੇ ਟੱਕ-ਟੱਕ ਕਰਦਾ ਰਿਹਾ ਉਹਨੇ ਕਈ ਹੋਰ ਧੰਦੇ ਕਰਕੇ ਵੀ ਵੇਖੇ ਪਰ ਕਿਸੇ ਵਿੱਚ ਵੀ ਕਾਮਯਾਬੀ ਨਾ ਮਿਲੀ ਤੇ ਉਹਦੀ ਟੱਕ-ਟੱਕ ਕਦੇ ਇੱਕੋ ਛੱਟ ਨਾ ਬਣ ਸਕੇ ਇਕ ਛੋਟੇ ਜਿਹੇ ਹਾਦਸੇ ਤੋਂ ਬਾਅਦ ਉਹਨੂੰ दारू ਪੀਣ ਤੇ ਭੁੱਖੀ ਖਾਣ ਦੀ ਲਤ ਲੱਗ ਗਈ ਸੀ ਉਹ ਕਈ ਵਾਰੀ दारू ਨਾਲ ਰੱਜ ਕੇ ਆਪਣੇ ਕਿਸੇ ਯਾਰ ਬੇਲੀ ਕੋਲ ਪਿਆ ਰਹਿੰਦਾ ਹੁਣ ਜੋ ਬੰਦਾ ਦਰਵੇਸ਼ ਹੀ ਸੀ ਇੱਕ ਵਾਰ ਜਿੰਦਰ ਗੁੱਸੇ 'ਚ ਉਹਨੂੰ ਆਪਣੇ ਦੋਹਾਂ ਹੱਥਾਂ ਨਾਲ ਮਜ਼ਬੂਤੀ ਨਾਲ ਡੋਲੇ ਕੋਲੋਂ ਪਕੜ ਕੇ ਘਰ ਨੂੰ ਧੂਕੇ ਲੈ ਗਿਆ ਤਾਂ ਉਹਨੇ ਕਿਹਾ ਸੀ ਤੇਰੇ ਹੱਥਾਂ 'ਚੇ ਤਾਕਤ ਨਹੀਂ ਰਹਿਣੀ ਜਿੰਦਰ ਨੇ ਕਦੇ ਵੀ ਆਪਣੇ ਪਿਤਾ ਤੇ ਪਿਤਾਪੁਰਖੀ ਕਿਤੇ ਨੂੰ ਚੰਗਾ ਨਹੀਂ ਸੀ ਸਮਝਿਆ ਇਹਨੂੰ ਸਿੱਖਣ ਦੀ ਜਹਿਮਤ ਉਠਾਈ ਸੀ ਆਪਣੇ ਬਚਪਨ ਤੋਂ ਪਹਿਲੇ ਕੁਝ ਵਰੇ ਉਹਨੇ ਨੂਰ ਮਹਿਲ 'ਚ guzare ਜਿੱਥੇ ਉਹਦਾ ਪਾਪਾ ਚਮਨ ਲਾਲ ਸੁਨਿਆਰੇ ਦੀ ਦੁਕਾਨ ਦਾ ਕਰਿੰਦਾ ਸੀ ਇਸ ਸ਼ਹਿਰ 'ਚੋ ਕਿਰਾਏ ਦੇ ਮਕਾਨਾਂ 'ਚ ਹੀ ਰਹਿੰਦੇ ਸੀ ਇੱਥੇ ਜਿੰਦਰ ਨੇ ਸਕੂਲ ਜਾਣਾ ਸ਼ੁਰੂ ਕੀਤਾ ਤੇ ਤੀਸਰੀ ਜਮਾਤ ਪਾਸ ਕੀਤੀ ਫਿਰ ਉਹਦੇ ਪਿਤਾ ਨੂੰ ਹੋਰ ਜਗ੍ਹਾ ਕੰਮ ਮਿਲਿਆ ਤਾਂ ਉਹ ਆਪਣੇ ਪਿੰਡ ਲਧੜਾਂ 'ਕੇ ਰਹਿਣ ਲੱਗੇ ਜਿੱਥੇ ਉਹਨਾਂ ਦਾ ਜੱਦੀ ਘਰ ਸੀ ਇੱਥੇ ਜਿੰਦਰ ਪਿੰਡ ਵਾਸੀਆਂ ਲਈ ਕੁਝ ਚਿਰ ਤੱਕ ਅਚੰਭਾ ਬਣਿਆ ਰਿਹਾ ਕਿਉਂਕਿ ਸ਼ਹਿਰ ਚੋਂ ਆਇਆ ਹੋਣ ਕਰਕੇ ਉਹਦੀ ਬੋਲੀ ਮਿੱਠੀ ਤੇ ਲਿਆਕਤ ਵਾਲੀ ਸੀ ਤੇ ਉੰਜ ਵੀ ਉਹ ਪਿੰਡ ਦੇ ਦੂਸਰੇ ਬਾਲਾਂ ਦੇ ਮੁਕਾਬਲੇ ਬਹੁਤ ਹੀ ਸੋਹਣਾ ਤੇ ਸਾਫ਼ ਸੁਥਰਾ ਸੀ ਪਰ ਉਹਦੀ ਇਹ ਖਿੱਚ ਭਰਪੂਰ ਮਨਮੋਣੀ ਸੂਰਤ ਬਹੁਤ ਚਿਰ ਕਾਇਮ ਨਾ ਰਹੀ ਤੇ ਵਿਚਾਰਾ ਗੁਰਬਤ ਭਰੇ ਪਿੰਡੂ ਮਾਹੌਲ 'ਚ ਰੋਲ ਖੜ ਗਿਆ ਇੱਥੇ ਉਹਨੂੰ ਪਿੰਡ ਦੇ ਸਕੂਲ 'ਚ ਆਪਣੀ ਕਲਾਸ ਦੇ ਵਿਦਿਆਰਥੀਆਂ ਸੰਗ ਚੱਲਣਾ ਵੀ ਔਖਾ ਹੋ ਗਿਆ ਕਿਉਂਕਿ ਪਹਿਲਾਂ ਉਹ ਹਿੰਦੀ ਮਾਧਿਅਮ ਦੇ ਸਕੂਲ 'ਚ ਪੜ੍ਹ ਕੇ ਆਇਆ ਸੀ ਮਜਬੂਰੀ ਬਸ ਉਹਨੂੰ ਨਕੋਦਰ ਦੇ ਇੱਕ ਸਕੂਲ ਵਿੱਚ ਭੇਜਣਾ ਪਿਆ ਜਿੱਥੇ ਉਹਦਾ ਵੱਡਾ ਭਰਾ ਤੇਮ ਪੜਦਾ ਸੀ ਬਾਲਜਿੰਦਰ ਨੇ ਛੋਟੀ ਉਮਰ ਚ ਹੀ ਰਾਹਾਂ ਦੇ ਧੂੜ ਫੱਕਣੇ ਸ਼ੁਰੂ ਕਰ ਦਿੱਤੇ ਤੇ ਜਿਹੜੀ ਸਾਰੀ ਉਮਰ ਹੀ ਜਾਰੀ ਰਹੀ ਉਹ ਦੋਵੇਂ ਭਰਾ 7-8 ਮੀਲ ਤੁਰ ਕੇ ਸਕੂਲ ਜਾਇਆ ਕਰਦੇ ਸਨ ਨਕੋਦਰ ਤੋਂ ਉਹਨਾਂ ਨੇ ਬੀਏ ਕੀਤੀ ਤੇ ਐਮਏ ਅੰਗਰੇਜ਼ੀ ਉਹ ਜਲੰਧਰ ਦੇ ਡੀਏਵੀ ਕਾਲਜ ਚ ਕਰਕੇ ਬੇਰੁਜ਼ਗਾਰਾਂ ਦੀ ਲਾਈਨ ਚ ਆ ਲੱਗਿਆ ਤੇ ਪਿੰਡ ਵਿੱਚ ਹੀ ਦਿਹਾੜੀ ਦੱਪਾ ਜਾਂ ਹੋਰ ਨਿੱਕੇ ਮੋٹے ਕੰਮ ਕਰਨ ਲੱਗਿਆ ਨੌਕਰੀ ਤੇ ਛੋਕਰੀ ਦੀ ਝਾਕ ਚੋ ਦੀ ਜਵਾਨੀ ਬੀਤ ਰਹੀ ਸੀ ਇੱਕ ਬੇਰੋਜ਼ਗਾਰ ਤੇ ਕਰੂਪ ਚਿਹਰੇ ਵਾਲੇ ਨੌਜਵਾਨ ਨੂੰ ਕਿਹੜਾ ਆਪਣੀ ਸਕੀਤੀ ਦੇ ਦਿੰਦਾ ਹਾਦਸੇ ਤੋਂ ਪਹਿਲਾਂ ਤਾਂ ਉਹਨੂੰ ਸ਼ਿਮਲਾ ਰਹਿੰਦੇ ਕਮੀਰ ਸ਼ਰਾਫ ਦੀ ਇਕਲੌਤੀ ਧੀ ਦਾ ਰਿਸ਼ਤਾ ਹੁੰਦਾ ਸੀ ਪਰ ਘਰ ਜਵਾਈ ਵਾਲੀ ਸ਼ਰਤ ਕਰਕੇ ਉਹਦੀ ਮਾਤਾ ਨਹੀਂ ਮੰਨੀ ਇਸੇ ਤਰ੍ਹਾਂ ਇੰਗਲੈਂਡ ਦੀ ਨਾਗਰਿਕਤਾ ਪ੍ਰਾਪਤ ਕੁੜੀ ਦਾ ਰਿਸ਼ਤਾ ਉਹਨੂੰ ਹੁੰਦਾ ਹੁੰਦਾ ਰਹਿ ਗਿਆ ਉਹਨੂੰ ਕੁਵਾਰਿਆਂ ਦੀ ਅਗਲੀ ਸਟੇਜ ਛੜਿਆਂ ਦੀ ਸ਼੍ਰੇਣੀ 'ਚ ਦਾਖਲ ਹੋਣ ਵਾਲਾ ਸੀ ਕਿ 우ਸਤਾਦ ਗਜ਼ਲਗੋ ਜਨਾਬ ਦੀਪਕ ਜੈ ਤੋਈ ਦੀ ਨਜ਼ਰ ਚੜ ਗਿਆ ਤੇ ਸੁਨਿਆਰੇ ਦੀ 파ਰਖੂ ਨਜ਼ਰ ਨੇ ਤਾੜ ਲਿਆ ਕਿ ਇਹ ਲੜਕਾ ਤਾਂ 24 ਕੈਰੇਟ ਸੋਨਾ ਹੈ ਉਹਨੇ ਬਿਨਾ ਪੰਦਾ ਪੁੱਛੇ ਆਪਣੀ ਲਾਡਲੀ ਸੰਤੋਸ਼ ਜਿੰਦਰ ਦੇ ਲਾੜ ਲਾਤੀ 우ਸਤਾਦ ਗਜ਼ਲਗੋ ਦੀ ਧੀ ਹੁਣ ਕਰਕੇ ਉਹ ਵੀ ਗਜ਼ਲਾਂ ਲਿਖਦੀ ਹੁੰਦੀ ਸੀ ਤੇ ਜਿੰਦਰ ਨੇ ਉਹਨੂੰ ਹੀ ਪੁਸ਼ਪਾ ਮੰਨ ਲਿਆ ਤੇ ਉਹਦਾ ਨਵਾਂ ਨਾਂ ਪੁਸ਼ਪਾ ਹੀ ਰੱਖ ਪਰ ਪਹਿਲੀ ਪੁਸ਼ਪਾ ਵੀ ਉਹਦੇ ਮਨ ਮਸਤਕ ਤੇ ਸਦਾ ਲਈ ਛਾਈ ਰਹੀ ਇਸ ਪੁਸ਼ਪਾ ਦੇ ਜਿੰਦਰ ਤੇ ਕਾਰ ਪੈਰ ਪਏ ਤਾਂ ਉਹਦੀ ਕਿਸਮਤ ਹੀ ਬਦਲਣ ਲੱਗ ਪਈ ਪਹਿਲਾਂ ਉਹਨੂੰ ਗਾਈਡੈਂਸ ਆਪਣ ਵਾਲੀ ਮਸ਼ਹੂਰ ਫਰਮ ਐਮਬੀਡੀ ਚ ਪ੍ਰੂਫ ਰੀਡਰ ਦੀ ਨੌਕਰੀ ਮਿਲੀ ਕੁਝ ਸਾਲਾਂ ਬਾਅਦ ਉਹਨੂੰ ਪੰਜਾਬ ਰੋਡਵੇਜ਼ ਤੇ ਆਡੀਟਰ ਦੀ ਸਰਕਾਰੀ ਪੱਕੀ ਨੌਕਰੀ ਮਿਲ ਗਈ ਉਹਦੇ ਗੁਰਬਤ ਦੇ ਦਿਨ ਕੱਟੇ ਗਏ ਜਿੰਦਰ ਦਾ ਕੱਦ 6 ਫੁੱਟ ਤੇ ਸਰੀਰ ਛਾਂਟੂਆ ਸਿਰ ਦਾ ਆਕਾਰ ਤਪਲੇ ਵਾਂਗ ਵੱਡਾ ਹੈ ਉਹਦੀਆਂ ਅੱਖਾਂ ਮੋਟੀਆਂ ਹਨ ਉਹਨਾਂ 'ਚ ਅਜੀਬ ਜਿਹੀ ਲਿਸ਼ਕ ਤੇ ਚਮਕ ਹੈ ਮੱਥਾ ਉਹਦਾ ਲੈਨਨ ਦੇ ਮੱਥੇ ਜਿੰਨਾ ਚੌੜਾ ਹੈ ਨੱਕ ਤਿੱਖਾ ਤੇ ਰੰਗ ਸੁਨਿਆਰਿਆਂ ਵਾਂਗ ਗੋਰਾ ਹੈ ਸ਼ੁਰੂ ਤੋਂ ਹੀ ਉਹ ਆਈ ਕੇ ਗੁਜਰਾਲ ਵਾਂਗ ਫ੍ਰੈਂਚ ਕੱਟ ਸਟਾਈਲ ਦਾੜੀ ਰੱਖਦਾ ਆ ਰਿਹਾ ਹੈ। ਵੱਧਦੀ ਉਮਰ ਕਰਕੇ ਉਹਦੇ ਸਿਰ ਦੇ ਵਿੱਚ ਵਿਚਾਲੇ ਗੰਜ ਪੈਣਾ ਸ਼ੁਰੂ ਹੋ ਗਿਆ। ਪਰ ਉਹ ਕੰਨਾਂ ਉਪਰੋਂ ਆਸੇ-ਪਾਸੇ ਦੇ ਕਾਲੇ ਡਾਈ ਲੱਗੇ ਵਾਲਾ ਨੂੰ ਸਿਰ ਦੇ ਵਿੱਚ ਘਾਰ ਵਾਲ ਨੂੰ ਵਾਹ ਕੇ ਕੁਝ ਹੱਦ ਤੱਕ ਗੰਜ ਨੂੰ ਛੁਪਾਉਣ 'ਚ ਸਫਲ ਹੋ ਜਾਂਦਾ ਹੈ। ਜਦੋਂ ਖੁਸ਼ ਹੁੰਦਾ ਤਾਂ ਉਹਦੀ ਮੁਸਕਾਨ ਕੰਨਾਂ ਤੱਕ ਪਹੁੰਚ ਜਾਂਦੀ ਹੈ। ਤੇ ਅੱਖਾਂ ਵੀ ਹੱਸਦੀਆਂ ਮਲੂਮ ਹੁੰਦੀਆਂ ਹਨ। ਦਿਲ ਦਾ ਇੱਕ ਖੂਬਸੂਰਤ ਇਨਸਾਨ ਜਵਾਨੀ ਚ ਸਰੀਰਕ ਪੱਖ ਤੋਂ ਵੀ ਕਿੰਨਾ ਖੂਬਸੂਰਤ ਹੋਏਗਾ ਇਹਦਾ ਤਾਂ ਖੈਰ ਹੁਣ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ ਟਰੈਕਟਰ ਹਾਦਸੇ ਨੇ ਦੇ ਸੁਹਾਪਣ ਦਾ ਗੁਰਗੋਬਰ ਕਰ ਦਿੱਤਾ ਸਾਰੇ ਦੇ ਸਾਰੇ ਦੰਦ ਸਮੇ ਤੋਂ ਪਹਿਲਾਂ ਪਹਿਲਾਂ ਨਿਕਲ ਜਾਣ ਕਾਰਨ ਉਹਦਾ ਮੂੰਹ ਅੰਦਰ ਨੂੰ ਤਸ ਗਿਆ ਬੁੱਢੀ ਹੋਈ ਨਿਸਰੀ ਡੂਮਾਂ ਦੀ ਜਵਾਰ ਵਾਂਗ ਉਹਨੇ ਲੱਖ ਡੂੜ ਲੱਖ ਲਾ ਕੇ ਨਵੇਂ ਦੰਦ ਨਵੇਂ ਲਵਾ ਲਏ ਹਨ ਤੇ ਉਹ ਹੁਣ ਕੁਝ ਜਵਾਨ ਜਾਪਣ ਲੱਗ ਪਿਆ ਉਹ ਬਹੁਤ ਹੀ ਮਿਹਨਤੀ ਬੰਦਾ ਘਰ ਦੀ ਗਰੀਬੀ ਨੇ ਉਹਨੂੰ ਮਿਹਨਤ ਕਰਨੀ ਸਿਖਾ ਦਿੱਤੀ ਸੀ। ਉਹਦੀ ਸਖਤ ਸੁਭਾਅ ਦੀ ਬੀਬੀ ਨੇ ਉਹਨੂੰ ਚੰਡ ਕੇ ਰੱਖਿਆ ਸੀ। ਪਰ ਉਹਦਾ ਇਹ ਖਿਆਲ ਵੀ ਬਹੁਤ ਰੱਖਦੀ ਸੀ। ਆਪਣੀ ਬੀਬੀ ਨੂੰ ਯਾਦ ਕਰਕੇ ਉਹ ਅੱਜ ਵੀ ਰੋ ਪੈਂਦਾ ਹੈ। ਜਦੋਂ ਉਹਨੂੰ ਪ੍ਰਾਈਵੇਟ ਫਰਮ 'ਚ ਪ੍ਰੂਫ ਰੀਡਰ ਦੀ ਨੌਕਰੀ ਮਿਲੀ ਸੀ ਤਾਂ ਉਹ 15-15 ਘੰਟੇ ਪ੍ਰੂਫ ਪੜਦਾ ਰਿਹਾ ਸੀ। ਉਹਨੂੰ ਪ੍ਰੂਫ ਪੜਨ 'ਚ ਤਾਂ ਕਮਾਲ ਦੀ ਮੁਹਾਰਤ ਹਾਸਲ ਹੈ। ਸ਼ਬਦ ਵਿੱਚਲੀ ਗਲਤੀ ਨੂੰ ਉਹ ਇਸ ਤਰ੍ਹਾਂ ਟੁੱਟ ਕੇ ਪਾਉਂਦਾ ਜਿਵੇਂ ਕੁਕੜੀ ਕੰਘਾਰ ਨੂੰ ਪੈਂਦੀ ਹੈ। ਪ੍ਰੂਫ ਪੜਨ 'ਚ ਉਹਨੂੰ ਸਕੂਨ ਵੀ ਮਿਲਦਾ ਤੇ ਸਵਾਦ ਵੀ ਆਉਂਦਾ ਹੈ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਵੀ ਉਹਨੇ ਪ੍ਰੂਫ ਪੜਨ ਦਾ ਖਿਹੜਾ ਨਹੀਂ ਸੀ ਛੱਡਿਆ ਉਹਨੇ ਕਦੇ ਕਿਸੇ ਤੋਂ ਰਿਸ਼ਵਤ ਨਹੀਂ ਲਈ ਸੀ ਪ੍ਰੂਫ ਭਾਵੇਂ 4 ਘੰਟੇ ਬਾਅਦ ਪੜ ਲਏ ਹੋਣ ਹਾਲਾਂਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਮਹਿਕਮੇ 'ਚ ਰਿਸ਼ਵਤਖੋਰੀ ਉਹਦੇ ਮੁਲਾਜ਼ਮਾਂ ਦੇ ਰੋਮ-ਰੋਮ 'ਚ ਰਚੀ ਹੋਈ ਸੀ ਇਸੇ ਕਰਕੇ ਤਾਂ ਕਿਹਾ ਜਾਂਦਾ ਸੀ ਕਿ ਰੋਡਵੇਜ਼ ਦੀਆਂ ਬੱਸਾਂ ਤਾਂ ਪਹੀਏ ਲੱਗੇ ਹੋਣ ਕਰਕੇ ਤੁਰੀਆਂ ਫਿਰਦੀਆਂ ਪਰ ਇਹਨਾਂ ਬੱਸਾਂ ਦੇ ਸੜਕਾਂ 'ਤੇ ਦੌੜਨ ਦਾ ਇੱਕ ਕਾਰਨ ਇਹ ਵੀ ਹੈ ਕਿ ਅਜੇ ਜਿੰਦਰ ਵਰਗੇ ਇਮਾਨਦਾਰ ਅਧਿਕਾਰੀ ਜਾਂ ਕਾਮੇ ਇਸ ਮਹਿਕਮੇ 'ਚ ਮੌਜੂਦ ਹਨ ਜਿੰਦਰ ਨੇ ਗਰੀਬੀ ਤੇ ਲਾਚਾਰੀ ਵੇਖੀ ਹੈ ਪਲ-ਪਲ ਤੇ ਉਹਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਛੋਟੀਆਂ-ਛੋਟੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਉਹ ਛੋਟਾ ਹੁੰਦਾ ਛੋਟੀਆਂ-ਛੋਟੀਆਂ ਚੋਰੀਆਂ ਵੀ ਕਰਦਾ ਰਿਹਾ ਜੋ ਫੜੀਆਂ ਵੀ ਜਾਂਦੀਆਂ ਸੀ ਫਿਲਮਾਂ ਵੇਖਣ ਲਈ ਆਪਣੇ ਕੰਡੈਕਟਰ ਭਰਾ ਦੇ ਝੋਲੇ 'ਚੋਂ ਭਾਂਡ ਵੀ ਚੋਰਾ ਲੈਂਦਾ ਸੀ ਪੜ੍ਹਾਈ ਦਾ ਖਰਚਾ ਪੂਰਾ ਕਰਨ ਲਈ ਅਕਸਰ ਹੀ ਦਿਹਾੜੀ ਚੱਲਿਆ ਜਾਂਦਾ ਸੀ ਅੰਗਰੇਜ਼ੀ ਦੀ ਐਮਏ ਪਾਸ ਕਰਕੇ ਵੀ ਉਹਨੂੰ ਬੱਕਰੀਆਂ ਚਾਰਨੀਆਂ ਪਈਆਂ ਜੱਟਾਂ ਦੇ ਖੇਤਾਂ 'ਚ ਜਾ ਕੇ ਕਮਾਦ ਵੀ ਛੱਲਣੇ ਪਏ ਹਨ ਉਹਨੇ ਖੇਤਾਂ ਦੀਆਂ ਵੱਟਾਂ ਤੋਂ ਘਾਹ ਵੀ ਖੋਤੇ ਅਤੇ ਇਹ ਕਹਾਵਤ ਵੀ ਝੂਠੀ ਕੀਤੀ ਹੈ ਕਿ ਕਾਇਆਂ ਨੇ ਤਾਂ ਕਾਈ ਖੋਤਣੇ ਪੰਜਾਬ ਰੋਡਵੇਜ਼ ਵਿੱਚ ਆਡੀਟਰ ਦੀ ਅਸਾਮੀ ਤੇ ਨਿਯੁਕਤੀ ਹੋਣ ਉਪਰੰਤ ਜਦੋਂ ਪਹਿਲੇ ਦਿਨ ਆਪਣੇ ਦਫ਼ਤਰ ਹਾਜ਼ਰੀ ਦੇਣ ਗਿਆ ਤਾਂ ਉਹਨੂੰ ਹਾਜ਼ਰ ਕਰਵਾ ਕੇ ਵੀ ਘੰਟਾ ਭਰ ਬੈਠਣ ਲਈ ਕੋਈ ਕੁਰਸੀ ਨਹੀਂ ਦਿੱਤੀ ਗਈ ਕਿਸੇ ਸਰਕਾਰੀ ਮੁਲਾਜ਼ਮ ਨੂੰ ਆਪਣੇ ਦਫ਼ਤਰ ਵਿੱਚ ਪਹਿਲੇ ਹੀ ਦਿਨ ਸ਼ਾਇਦ ਹੀ ਨਿਰਾਦਰ ਮਿਲਿਆ ਹੋਵੇ ਕਮੀਨੇ ਬਾਊ ਉਹ ਤੋਂ ਬਰਫੀ ਦਾ ਡੱਬਾ ਤਾਂ ਮੰਗਵਾ ਲੈਂਦੇ ਐ ਪਰ ਕੁਰਸੀ ਫੇਰ ਵੀ ਨਹੀਂ ਦਿੰਦੇ ਬਾਅਦ ਵਿੱਚ ਵੀ ਉਹਨੂੰ ਆਪਣੀ ਨੌਕਰੀ ਦੇ ਦੌਰਾਨ ਜਿਹੀਆਂ ਨਿਰਾਦਰੀਆਂ ਦਾ ਸਾਰੀ ਉਮਰ ਹੀ ਸਾਹਮਣਾ ਕਰਨਾ ਪੈਂਦਾ ਰਿਹਾ ਪਰ ਜਦੋਂ ਕਹਾਣੀ ਕਰ ਤੇ ਸੀਨੀਅਰ ਆਈਐਸ ਅਫਸਰ ਸਰਦਾਰ ਨਿਰਪਿੰਦਰ ਸਿੰਘ ਰਤਨ ਉਹਦੇ ਮਹਿਕਮੇ ਦੇ ਉੱਚ ਅਫਸਰ ਬਣੇ ਤਾਂ ਜਿੰਦਰ ਨੂੰ ਬਹੁਤ ਮਾਣ ਇੱਜ਼ਤ ਵੀ ਮਿਲਿਆ ਜਿਹੜੇ ਜਿੰਦਰ ਨੂੰ ਉਹਦੇ ਆਪਣੇ ਦਫਤਰ ਦੇ ਕਲਰਕ ਦੇ ਪੀਐਨ ਕੁਰਸੀਨੇ ਦਿੰਦੇ ਸੀ ਉਸ ਜਿੰਦਰ ਨੂੰ ਇੱਕ ਛੋਟੀ ਦਾ ਆਈਐਸ ਅਫਸਰ ਆਪਣੇ ਕੋਲ ਕੁਰਸੀ ਤੇ ਬਿਠਾਉਂਦਾ ਸੀ ਤੇ ਉਸ ਵਕਤ ਜਿੰਦਰ ਦੇ ਅਫਸਰ ਜੀਐਮ ਜੂਐਮ ਜੈ ਰਤਨ ਸਾਹਿਬ ਦੇ ਮੂਰੇ ਹੱਥ ਜੋੜ ਕੇ ਖੜੇ ਹੁੰਦੇ ਸਨ ਜਿੰਦਰ ਦੇ ਦੋਸਤਾਂ ਦਾ ਘੇਰਾ ਬਹੁਤ ਹੀ ਵਿਸ਼ਾਲ ਹੈ ਉਹਦੇ ਦੋਸਤ ਤੇ ਪ੍ਰਸ਼ੰਸਕ ਦੁਨੀਆ ਦੇ ਕੋਨੇ-ਕੋਨੇ ਚ ਵਸੇ ਹੋਏ ਹਨ ਉਹਨਾਂ ਦੋਸਤਾਂ ਦੀ ਬਦੌਲਤ ਹੁਣ ਤੱਕ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਪਾਕਿਸਤਾਨ ਆਦਿਸ਼ਾਂ ਦਾ ਪਰਮਣਕਾਰ ਆਇਆ ਹੈ ਪਾਕਿਸਤਾਨ ਤੇ ਇੰਗਲੈਂਡ ਤਾਂ ਉਹ ਐ ਜਾ ਆਉਂਦਾ ਜਿਵੇਂ ਜੱਟ ਚੰਡੀਗੜ੍ਹ ਦਾ ਘੇੜਾ ਲਾਉਂਦੇ ਆ। ਇੰਗਲੈਂਡ ਵਸਦਾ ਹਰਜੀਤ ਟਟਵਾਲ ਤਾਂ ਉਹਦੇ ਵੱਡੇ ਭਰਾ ਤਰਸੇਮ ਵਾਂਗ ਹੈ ਜਿਹਦੇ ਘਰੋਂ ਆਪਣੀ ਘਰ ਵਾਂਗ ਹੀ ਆਉਂਦਾ ਜਾਂਦਾ ਹੈ। ਨੌਕਰੀ ਦੇ ਆਖਰੀ ਕੁਝ ਸਾਲ ਉਹਨੂੰ ਚੰਡੀਗੜ੍ਹ 'ਚ ਗੁਜ਼ਾਰਨੇ ਪਏ। ਇੱਥੇ ਉਹ ਆਪਣੇ ਮਿੱਤਰ ਡਾਕਟਰ ਗੁਰਪਾਲ ਸਿੰਘ ਸੰਧੂ ਦੀ ਕੋਠੀ ਰਹਿੰਦਾ ਰਿਹਾ। ਪਹਿਲਾਂ ਤਾਂ ਰੋਜ਼ਾਨਾ ਹੀ ਅਪ ਡਾਊਨ ਕਰਦਾ ਸੀ ਤੇ ਵਿਭਾਗ ਦਾ ਬੰਦਾ ਹੋਣ ਕਰਕੇ ਰੋਡ ਵੇਜ਼ ਦੀ ਬੱਸ ਚ ਉਹਦੀ ਟਿਕਟ ਨਹੀਂ ਸੀ ਕੱਟੀ ਜਾਂਦੀ। ਪਰਿਕਾਰ ਜਲੰਧਰ ਡਿਪੂ ਦੇ ਇੱਕ ਕਬੇ ਕੰਡਕਟਰ ਨੇ ਜਿੰਦਰ ਦੀ ਬੇਇੱਜ਼ਤੀ ਵੀ ਕੀਤੀ ਤੇ ਉਹਦੀ ਟਿਕਟ ਵੀ ਕੱਟਤੀ। ਉਹ ਜਾ ਕੇ ਜੀਐਮ ਦੇ ਪੇਸ਼ ਹੋ ਗਿਆ। ਹਰਿੰਦਰ ਸਿੰਘ ਹਿੰਦ ਨਾਦਾਈ ਅਫਸਰ ਲੇਖਾਂ ਦਾ ਕਦਰਦਾਨ ਸੀ। ਉਹਨੇ ਉਸੇ ਵਕਤ ਹੀ ਕਬੇ ਕੰਡਕਟਰ ਦੇ ਸਸਪੈਂਸ਼ਨ ਆਰਡਰ ਕਰ ਦਿੱਤੇ। ਨਰਮਦਿਲ ਜਿੰਦਰ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਜੀਐਮ ਕੰਡਕਟਰ ਨੂੰ ਇੰਨੀ ਵੱਡੀ ਸਜ਼ਾ ਦੇ ਦੇਗਾ। ਅਗਲੇ ਦਿਨ ਉਹ ਫੇਰ ਅਫਸਰ ਕੋਲ ਚਲਾ ਗਿਆ ਕਿ ਉਹਨੂੰ ਮਾਫ ਕਰ ਦਿੱਤਾ ਜਾਏ। ਸਾਹ ਦੇ ਖੇਤਰ ਦੇ ਤਿੰਨ ਬੰਦਿਆਂ ਜਗਰੂਪ ਸਿੰਘ ਦਾਤੇਵਾਸ ਤਲਵਿੰਦਰ ਸਿੰਘ ਤੇ ਮਨਜੀਤ ਕਾਦਰ ਨੂੰ ਉਹ ਆਪਣੇ ਦੋਸਤ ਮੰਨਦਾ ਹੈ ਪਰ ਇੱਤਨੇ ਸਦਾ ਲਈ ਉਹਨੂੰ ਵੀ ਛੋੜਾ ਦੇ ਗਏ ਹਨ ਬਲਵੀਰ ਪਰਵਾਨਾ ਨਾਲ ਉਹਦੀ ਦੋਸਤੀ ਬਹੁਤ ਪੁਰਾਣੀ ਚੱਲੀ ਆ ਰਹੀ ਹੈ ਦੇਸ ਰਾਜ ਕਾਲੀ ਨੂੰ ਉਹ ਦਿਲੋਂ ਪਿਆਰ ਕਰਦਾ ਹੈ ਪ੍ਰੇਮ ਪ੍ਰਕਾਸ਼ ਨਾਲ ਉਹਦੀ 33 ਵਰਿਆਂ ਦੀ ਸਾਂਝ ਹੈ ਪਰ ਇਹਨੂੰ ਦੋਸਤੀ ਨਹੀਂ ਕਿਹਾ ਜਾ ਸਕਦਾ ਪ੍ਰੇਮ ਪ੍ਰਕਾਸ਼ ਨੂੰ ਜੰਦਰ ਇੱਕ ਖਬਤੀ ਇਨਸਾਨ ਮੰਨਦਾ ਹੈ ਜਿਸ ਨਾਲ ਦੋਸਤੀ ਕੀਤੀ ਵੀ ਨਹੀਂ ਜਾ ਸਕਦੀ ਕਈ ਲੇਖਕ ਲੋਕ ਜਿੰਦਰ ਨੂੰ ਪ੍ਰੇਮ ਪ੍ਰਕਾਸ਼ ਦਾ ਚੇਲਾ ਸਮਝਦੇ ਆ ਪਰ ਉਹ ਇਸ ਗੱਲ ਤੋਂ ਝੜ ਮੰਨਦਾ ਹੈ ਚੇਲਾ ਤਾਂ ਕਿ ਜਿੰਦਰ ਤਾਂ ਉਹ ਤੋ ਰਤੀ ਪਰ ਵੀ ਪ੍ਰਭਾਵਤ ਨਹੀਂ ਨਾ ਹੀ ਕਹਾਣੀ ਲੇਖਣੀ ਚ ਪ੍ਰੇਮ ਪ੍ਰਕਾਸ਼ ਕਦੇ ਜਿੰਦਰ ਦਾ ਦਰਸ਼ ਰਿਹਾ ਜਿੰਦਰ ਤਾਂ ਕਹਾਣੀ ਚ ਮੋਹਨ ਭੰਡਾਰੀ ਤੇ ਰਗਵੀਰ ਢੰਡ ਨੂੰ ਆਪਣਾ ਆਦਰਸ਼ ਮੰਨਦਾ ਹੈ ਅਜੀਤ ਕੌਰ ਨੂੰ ਆਪਣੀ ਮਨਪਸੰਦ ਕਹਾਣੀਕਾਰਾ ਕਹਿੰਦਾ ਪਰ ਉਹ ਪ੍ਰੇਮ ਪ੍ਰਕਾਸ਼ ਕੋਲ ਅਕਸਰ ਹੀ ਜਾਂਦਾ ਰਹਿੰਦਾ ਤੇ ਜੇਕਰ ਕੁਝ ਦਿਨ ਨਾ ਵੀ ਜਾਏ ਤਾਂ ਪ੍ਰੇਮ ਪ੍ਰਕਾਸ਼ ਆਪ ਹੀ ਫੋਨ ਕਰਕੇ ਉਹਨੂੰ ਸਾਧ ਲੈਂਦਾ ਜਿੰਦਰ ਦਾ ਕਹਿਣਾ ਕਿ ਉਸ ਕੋਲ ਜਾ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਬੁੜੇ ਦੇ ਸੁਭਾਅ ਦਾ ਕੋਈ ਭੇਤ ਨਹੀਂ ਕਿ ਉਹਨੇ ਕਦੋਂ ਕੀ ਤੇ ਕਿਹੜਾ ਮੋੜ ਕੱਟ ਜਾਣਾ ਇੱਕ ਵਾਰੀ ਸਾਹਿਤ ਕਾਦਮੀ ਦੇ ਨਾਮ ਲਈ ਜਿੰਦਰ ਦਾ ਨਾਂ ਵੀ ਸਿਖਰ ਤੱਕ ਪਹੁੰਚ ਗਿਆ ਸੀ ਪਰ ਤਿੰਨ ਮੈਂਬਰੀ ਕਮੇਟੀ ਦਾ ਹਿੱਸਾ ਹੋਣ ਤੇ ਵੀ ਉਸ ਬੁੜੇ ਨੇ ਕਹਾਣੀਕਾਰ ਜਿੰਦਰ ਨੂੰ ਵੋਟ ਨਹੀਂ ਸੀ ਪਾਈ ਉਹਨੇ ਆਪਣੀ ਵੋਟ ਇੱਕ ਕਵੀ ਨੂੰ ਪਾ ਦਿੱਤੀ ਸੀ ਜੇ ਨਾਮ ਉਸ ਕਵੀ ਨੂੰ ਨਹੀਂ ਸੀ ਮਿਲ ਸਕਿਆ ਫਿਰ ਵੀ ਜਿੰਦਰ ਪ੍ਰੇਮ ਪ੍ਰਕਾਸ਼ ਦੀ ਬਹੁਤ ਇੱਜ਼ਤ ਕਰਦਾ ਤੇ ਉਹ ਤੋਂ ਡਰਦਾ ਵੀ ਬਹੁਤ ਜਦੋਂ ਬੇਰੁਜ਼ਗਾਰ ਸੀ ਤਾਂ ਪ੍ਰੇਮ ਪ੍ਰਕਾਸ਼ ਉਸ ਬਾਰੇ ਅਕਸਰ ਹੀ ਚਿੰਤਤ ਰਹਿੰਦਾ ਸੀ ਤੇ ਜਦੋਂ ਵੀ ਜਿੰਦਰ ਨੂੰ ਮਿਲਦਾ ਤਾਂ ਉਹਦੀ ਨੌਕਰੀ ਬਾਰੇ ਜ਼ਰੂਰ ਪੁੱਛਦਾ ਇੱਕ ਵਾਰ ਉਹਨੇ ਜਿੰਦਰ ਨੂੰ ਕਿਹਾ ਕਿ ਬਿਜਲੀ ਬੋਰਡ ਦੇ ਹੈੱਡ ਆਫਿਸ ਪਟਿਆਲੇ ਚ ਉਹਦਾ ਇੱਕ ਜਾਣੂ ਅਫਸਰ ਲੱਗਾ ਤੂੰ ਉਹਨੂੰ ਜਾ ਕੇ ਮਿਲ ਵੈਸੇ ਪ੍ਰੇਮ ਪ੍ਰਕਾਸ਼ ਕਦੇ ਵੀ ਕਿਸੇ ਦੀ ਸਿਫਾਰਸ਼ ਨਹੀਂ ਕਰਦਾ ਇਸੇ ਕਰਕੇ ਜਿੰਦਰ ਨੂੰ ਉਹਨਾਂ ਦਿਨਾਂ ਵਾਲਾ ਪ੍ਰੇਮ ਪ੍ਰਕਾਸ਼ ਕਦੇ ਨਹੀਂ ਭੁੱਲਦਾ ਜਿੰਦਰ ਬੜੀ ਕਾਲੀ ਕਾਲੀ ਤੇ ਹੱਕ ਲਾ ਕੇ ਬੋਲਦਾ ਜਦੋਂ ਵੀ ਉਹਨੂੰ ਫੋਨ ਕਰੂ ਪੁੱਛਦਾ ਹੈ ਕੀ ਬਣਦਾ ਹੈ ਮਤਲਬ ਬਣਦਾ ਹੈ ਤੇ ਮੇਰੇ ਇੱਕ ਸਾਥੀ ਲੈਕਚਰਰ ਨੂੰ ਜਦੋਂ ਕੋਈ ਵਿਦਿਆਰਥੀ ਸਤਿ ਸ੍ਰੀ ਅਕਾਲ ਬੁਲਾਉਂਦਾ ਉਹ ਗੋ ਕਹਿੰਦਾ ਸਤਿ ਸ੍ਰੀ ਅਕਾਲ ਪਰ ਜੇ ਕੋਈ ਉਹਨੂੰ ਕੋਈ ਅਧਿਆਪਕ ਸਤਿ ਸ੍ਰੀ ਅਕਾਲ ਕਹਿੰਦਾ ਤਾਂ ਉਹ ਗੋ ਦੋ ਵਾਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਹਿੰਦਾ ਪਰ ਜੇ ਕੋਈ ਮੈਡਮ ਬੁਲਾ ਦਿੰਦੀ ਹੈ ਤਾਂ ਉਹ ਗੋ ਤਿੰਨ ਵਾਰ ਸਤਿ ਸ੍ਰੀ ਅਕਾਲ ਕਹਿੰਦਾ ਉਸੇ ਤਰ੍ਹਾਂ ਜਿੰਦਰ ਵੀ ਇੱਕ ਸ਼ਬਦ ਨੂੰ ਤਿੰਨ ਤਿੰਨ ਵਾਰ ਬੋਲ ਜਾਂਦਾ ਹੈ ਜਦੋਂ ਉਹਨੂੰ ਆਪ ਨੂੰ ਕੋਈ ਗੱਲ ਸਮਝ ਨਾ ਆਏ ਤਾਂ ਇੱਕ ਉਹ ਸਾ ਕੀ 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 ਬੋਲਦਾ ਤੇ ਜਦੋਂ ਫੋਨ ਕੱਟਣ ਦੀ ਗੱਲ ਕਰੀਏ ਤਾਂ ਕਹੂ ਚੰਗਾ 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 ਓਕੇ 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 ਉਹ ਇੱਕ ਚੰਗਾ ਲੇਖਕ ਤਾਂ ਹੈ ਪਰ ਚੰਗਾ ਬੁਲਾਰਾ ਨਹੀਂ ਅਬੌਰਵਾਲ ਕੁੜੀਆਂ ਦੇ ਇੱਕ ਪ੍ਰਾਈਵੇਟ ਕਾਲਜ 'ਚ ਪੜਾਉਂਦੇ ਕਹਾਣੀਕਾਰ ਮਿੱਤਰ ਸੁਖਰਾਜ ਢਾਲੀਵਾਲ ਨੇ ਆਪਣੇ ਕਾਲਜ ਵਿੱਚ ਬਹੁਤ ਵੱਡੇ ਸਾਹਿਤਿਕ ਸਮਾਗਮ ਦਾ ਆਯੋਜਨ ਕਰਵਾਇਆ ਤਾਂ ਕਿ ਕਾਲਜ ਦੀ ਕਮੇਟੀ ਸਾਹਮਣੇ ਉਹਦੀ ਬੱਲੇ ਬੱਲੇ ਹੋ ਜਾਏ ਉਹਨੇ ਜਿੰਦਰ ਦੇ ਨਾਲ ਦੋ ਹੋਰ ਕਹਾਣੀਕਾਰ ਤੇ ਤਿੰਨ ਕਵੀਆਂ ਦਾ ਰੂਬਰੂ ਰੱਖ ਲਿਆ ਕਵੀ ਤਿੰਨੇ ਹੀ ਲੋਕਲ ਤੇ ਸਾਹਿਤਿਕ ਹਲਕਿਆਂ 'ਚ ਅਣਜਾਣੇ ਜੇ ਸੀ ਜਿੰਦਰ ਪਹਿਲਾ ਤੇ ਮੁੱਖ ਵਕਤਾ ਸੀ ਪਰ ਉਹ 8 ਕੁ ਮਿੰਟ ਹੀ ਬੋਲ ਕੇ ਬੈਠ ਗਿਆ ਇਸੇ ਤਰ੍ਹਾਂ ਦੂਜੇ ਦੋ ਕਹਾਣੀਕਾਰ ਵੀ 15-15 20-20 ਮਿੰਟ ਹੀ ਬੋਲੇ ਬਾਅਦ ਚ ਤਿੰਨੇ ਕਵੀਆਂ ਨੇ ਚੰਗਾ ਰੰਗ ਬਣਿਆ ਖੂਬ ਤਾੜੀਆਂ ਵੱਜੀਆਂ ਤੇ ਉਹ ਮੇਲਾ ਲੁੱਟ ਕੇ ਲੈ ਗਏ ਵਿਚਾਰੇ ਕਹਾਣੀਕਾਰ ਫਲॉप ਹੋ ਗਏ ਵਾਪਸੀ ਤੇ ਜੰਦਰ ਕਹਿ ਰਿਹਾ ਸੀ ਕਿ ਅੱਗੇ ਤੋਂ ਕਿਸੇ ਅਜਿਹੇ ਸਮਾਗਮ ਤੇ ਨਹੀਂ ਆਉਣਾ ਕਿਉਂਕਿ ਇੱਥੇ ਸਿੱਖਣ ਸਿਖਾਉਣ ਨੂੰ ਤਾਂ ਕੁਝ ਮਿਲਦਾ ਨਹੀਂ ਕਹਾਣੀ ਦੇ ਅੱਧੇ-ਅੱਧੇ ਆਕਾਸ਼ ਵਾਲੀ ਸ਼ੁਰਲੀ ਵਾਂਗ ਚੌਥੀ ਪੀੜੀ ਦੇ ਕਹਾਣੀਕਾਰਾਂ ਵਾਲੀ ਸ਼ੁਰਲੀ ਨੇ ਸਾਡੀ ਉਮਰ ਦੇ ਕਈ ਕਹਾਣੀਕਾਰਾਂ ਦਾ ਨੁਕਸਾਨ ਕੀਤਾ ਨਾ ਕੋਈ ਤੀਜੀ ਪੀੜੀ ਚ ਗਿਣਦਾ ਨਾ ਹੀ ਚੌਥੀ ਚ ਸਾਹਿਤ ਅਕੈਡਮੀ ਦੀਆਂ ਚੋਣਾਂ ਦੌਰਾਨ ਪੰਜਾਬੀ ਕਹਾਣੀ ਚ ਵਾਵਾ ਨਾਂ ਤੇ ਚੰਗੀ ਦਿਖਵਾਲੀ ਕਵੀ ਬੀਬੀ ਨੂੰ ਪਹਿਲੀ ਵਾਰ ਵੇਖਿਆ ਉਹਦੀ ਉਮਰ ਦਾ ਕੋਈ ਅੰਦਾਜ਼ਾ ਨਾ ਲੱਗੇ ਕਦੇ ਉਤਿਆ 30-35 ਦੀ ਜਾਪੇ ਕਦੇ 50-55 ਦੀ ਲੱਗਣ ਲੱਗ ਪਏ ਆਪਣੀ ਦੁਬਿਧਾ ਦੂਰ ਕਰਨ ਲਈ ਮੈਂ ਜਤਿੰਦਰ ਹਾਸ ਨੂੰ ਪੁੱਛਿਆ ਇਹ ਬੀਬੀ ਕਿਹੜੀ ਪੀੜੀ ਦੀ ਹੈ ਉਹ ਗੋਵੀ ਸ਼ਰਾਰਤੀ ਗੋਲਮੋਲ ਜਵਾਬ ਦੇ ਗਿਆ ਪੀੜੀ ਦਾ ਕੀ ਹੈ ਜੀ ਭਾਵੇਂ ਤੁਸੀਂ ਆਪਣੀ ਪੀੜੀ ਚ ਰੱਖ ਲਓ ਪਰ 60 ਤੋਂ ਟੱਪੇ ਜਿੰਦਰ ਨੂੰ ਆਲੋਚਕ ਚੌਥੀ ਪੀੜੀ ਚ ਸ਼ਾਮਲ ਕਰ ਲੈਂਦੇ ਆ ਉਹ ਵੀ ਆਪਣੇ ਆਪ ਨੂੰ ਚੌਥੀ ਪੀੜ੍ਹੀ ਦਾ ਹੀ ਕਹਾਣੀਕਾਰ ਮੰਨਦਾ ਹੈ। ਦੋ ਦਹਾਕਿਆਂ ਤੋਂ ਐਡੀਟਰ ਹਰਜਿੰਦਰ ਪਾਲ ਐਡੀਟਰ ਜਿੰਦਰ ਬਣ ਕੇ ਮੈਗਜ਼ੀਨ ਸ਼ਬਦ ਨੂੰ ਬੜੀ ਸਫਲਤਾਪੂਰਵਕ ਚਲਾ ਰਿਹਾ ਹੈ। ਸ਼ਬਦ ਦੇ ਹੋਂਦ ਚਾਉਣ ਦੀ ਕਹਾਣੀ ਵੀ ਦਿਲਚਸਪ ਹੈ। ਇੱਕ ਦਿਨ ਪ੍ਰੇਮ ਪ੍ਰਕਾਸ਼ ਨੇ ਜਿੰਦਰ ਨੂੰ ਕਿਹਾ ਕਿ ਆਪਣੇ ਇੰਗਲੈਂਡ ਵਾਲੇ ਦੋਸਤ ਨੂੰ ਕਹਿ ਉਹ ਲਕੀਰ ਦੀ ਆਰਥਿਕ ਮਦਦ ਕਰ ਦਿਆ ਕਰਨ। ਮੈਂ ਉਹਨਾਂ ਦੀਆਂ ਰਚਨਾਵਾਂ ਨੂੰ ਅੱਧੇ ਸਫੇ ਦੇ ਦਿਆ ਕਰਾਂਗਾ। ਜਿੰਦਰ ਨੇ ਹਰਜੀਤ ạtਵਾਲ ਨਾਲ ਗੱਲ ਕੀਤੀ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਸਧਾਰਨ ਜੱਟ ਵੀ ਟਰੈਕਟਰ ਖਰੀਦਣ ਲੱਗ ਪਏ ਸੀ ਕਈ ਕਾਲੇ ਦੋ ਦੋ ਘਰ ਰਲ ਕੇ ਸਾਂਝਾ ਟਰੈਕਟਰ ਲੈਣ ਲੱਗੇ ਪਰ ਉਹਨਾਂ ਦੀ ਇਹ ਸਾਂਝੀ ਗਰੀ ਸਾਲ 6 ਮਹੀਨੇ ਤੋਂ ਵੱਧ ਨਹੀਂ ਸੀ ਨਿਭਦੀ ਜੱਟ ਦੇ ਪੁੱਤ ਹਰਜੀਤ ạtਵਾਲ ਨੂੰ ਉਹ ਗੱਲ ਭੁੱਲੀ ਨਹੀਂ ਸੀ ਉਹਨੇ ਜਿੰਦਰ ਨੂੰ ਕਿਹਾ ਕਿ ਆਪਣੀ ਆਪਣੀ ਇਸ ਸੰਕੀ ਬੁੜੇ ਨਾਲ 6 ਮਹੀਨਿਆਂ ਤੋਂ ਵੱਧ ਨਹੀਂ ਨਿਭਣੀ ਤੇ ਫਿਰ ਕਿਉਂ ਨਾ ਆਪਾਂ ਆਪਣਾ ਹੀ ਘਰ ਦਾ ਸੰਦ ਬਣਾ ਲਈਏ ਜਿੰਦਰ ਨੇ ਇਸ ਸਾਹਿਤਿਕ ਸੰਦ ਦੀ ਬਹੁਤ ਖੱਟੀ ਖਾਧੀ ਹੈ ਰੁਕ ਕਹਿੰਦਾ ਹੈ ਕਿ ਮੈਂ ਗਵਾਇਆ ਵੀ ਬਹੁਤ ਹੈ ਜੇ ਸ਼ਬਦ ਦੀ ਜ਼ਿੰਮੇਵਾਰੀ ਨਾ ਹੁੰਦੀ ਤਾਂ ਸ਼ਾਇਦ ਉਹ ਹੋਰ ਬਿਹਤਰ ਤੇ ਬਹੁਤ ਤੇਰੀਆਂ ਕਹਾਣੀਆਂ ਲਿਖ ਸਕਦਾ ਹੁਣ ਜਿੰਦਰ ਦਾ ਪੰਜਾਬੀ ਕਹਾਣੀ ਚ ਜ਼ਿਕਰ ਯੋਗ ਸਥਾਨ ਬਣ ਗਿਆ ਹੈ ਉਹਦੀਆਂ ਕਿਤਾਬਾਂ ਸਹਿਤ ਅਕਾਦਮੀ ਦੇ ਵਕਾਰੀਅ ਨਾਮ ਲਈ ਵੀ ਵਿਚਾਰੀਆਂ ਜਾਣ ਲੱਗ ਪਈਆਂ ਹੋ ਸਕਦਾ ਹੈ ਕਦੇ ਉਹਦਾ ਟੋਨਾ ਲੱਗੇ ਜਾਈ ਛੋਟਾ ਮੋਟਾ ਇਨਾਮ ਤਾਂ ਉਹ ਹੁਣ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਵੈਸੇ ਉਹਨੂੰ ਅਜੇ ਤੱਕ ਕੋਈ ਜ਼ਿਕਰ ਯੋਗ ਨਾਮ ਮਿਲਿਆ ਵੀ ਨਹੀਂ ਉਹ ਕਹਿੰਦਾ ਹੈ ਕਿ ਹੱਕਦਾਰ ਨੂੰ ਹੀ ਸਹੀ ਇਨਾਮ ਮਿਲਣਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜਕੱਲ ਸਰਕਾਰੀ ਤੇ ਗੈਰ ਸਰਕਾਰੀ ਇਨਾਮ ਦੇ ਰਹੀਆਂ ਕਮੇਟੀਆਂ 'ਚ ਸੋਹਰਦਤਾ ਦੀ ਘਾਟ ਹੈ ਉਹ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਨੁਕਸਾਨ ਕਰ ਰਹੀਆਂ ਹਨ ਹੌਲੀਆਂ ਕਿਤਾਬਾਂ ਨੂੰ ਭਾਰੇ ਨਾਮ ਦੇਣਾ ਕਿਵੇਂ ਵੀ ਵਾਜਬ ਨਹੀਂ ਇਨਾਮਾਂ ਦੇ ਗਲਤ ਫੈਸਲਿਆਂ ਦੇ ਨਤੀਜੇ ਸਮਾਂ ਪਾ ਕੇ ਆਪਣਾ ਰੰਗ ਵਿਖਾ ਦੇਣਗੇ ਜਿਹੜੇ ਥੋੜੇ ਬਹੁਤੇ ਪੰਜਾਬੀ ਸਾਹਿਤ ਦੇ ਪਾਠਕ ਬਚੇ ਹਨ ਉਹ ਵੀ ਸਾਹਿਤ ਤੋਂ ਮੁੱਖ ਮੋੜ ਜਾਣਗੇ ਇਨਾਮ ਦੇਣ ਸਮੇਂ ਪੁਸਤਕ ਦਾ ਪ੍ਰਕਾਸ਼ਨ ਸਾਲ ਵੇਖਣ ਦੀ ਬਜਾਏ ਪੁਸਤਕ ਦਾ ਮਿਆਰ ਤੇ ਲੇਖਕ ਦੇ ਸਮੁੱਚੇ ਯੋਗਦਾਨ ਨੂੰ ਵੇਖਿਆ ਜਾਣਾ ਚਾਹੀਦਾ ਜਿੰਦਰ ਨੂੰ ਆਪਣੀ ਦਫਤਰੀ ਡਿਊਟੀ ਦੇ ਸਬੰਧ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਥਿਤ ਪੰਜਾਬ ਰੋਡਵੇਜ਼ ਦੇ ਡੀਪੂਆਂ ਦੀ ਚੈਕਿੰਗ ਜਾਂ ਆਡਿਟ ਵਗੈਰਾ ਲਈ ਜਾਣਾ ਪੈਂਦਾ ਸੀ ਉੱਥੇ ਉਹਦਾ ਰਾਤ ਰਹਿਣ ਤੇ ਰੋਟੀ ਪਾਣੀ ਦੇ ਖਰਚ ਦਾ ਬੰਦੋਬਸਟ ਆਡਿਟ ਕੀਤੇ ਜਾਣ ਵਾਲੇ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਕੀਤਾ ਜਾਂਦਾ ਸੀ ਇੰਨੀ ਕੁ ਸੇਵਾ ਪਾਣੀ ਨੂੰ ਅਸੀਂ ਭਾਵੇਂ ਰਿਸ਼ਵਤ ਕਹਿ ਲਈਏ ਜੋ ਜੰਦਰ ਲੈਂਦਾ ਰਿਹਾ ਏ ਇੱਕ ਵਾਰ ਮੁਕਸਰ ਰੋਡਵੇਜ਼ ਦੇ ਡਿਪੂ ਦੀ ਆਡਿਟ ਲਈ ਆਇਆ ਤਾਂ ਮੱਲੋ ਜੋਰੀ ਮੈਂ ਆਪਣੇ ਘਰ ਰਾਤ ਰਹਿਣ ਲਈ ਮਨਾ ਲਿਆ ਛੇਤੀ ਕਿਤੇ ਉਹ ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਰਾਜ਼ੀ ਨਹੀਂ ਘਰ ਆ ਕੇ ਉਹਨੇ ਕਿਹਾ ਕਿ ਉਹ ਤਾਂ ਸਿਰਫ ਦੋ ਫੁਲਕੇ ਤੇ ਥੋੜੀ ਜੀ ਦਾਲ ਦੀ ਕੌਲੀ ਲਏਗਾ दारू ਵਗੈਰਾ ਨੂੰ ਤਾਂ ਉਹਨੇ ਉਂਝੀ ਹੱਥ ਜੋੜ ਦਿੱਤੇ ਅਗਲੇ ਦਿਨ ਜਦੋਂ ਸਾਡੇ ਘਰੋਂ ਵਿਦਾ ਹੋ ਰਿਹਾ ਸੀ ਤਾਂ ਮੇਰੀ ਘਰ ਵਾਲੇ ਨੂੰ ਕਹਿਣ ਲੱਗਾ ਭਾਬੀ ਜੀ ਤੁਹਾਨੂੰ ਵੀ ਤਕਲੀਫ ਦੀ ਮੈਂ ਤਾਂ ਹੋਟਲ 'ਚ ਹੀ ਠਹਿਰਨਾ ਸੀ ਪਰ ਇਹ ਸਰਦਾਰ ਸਾਹਿਬ ਨਹੀਂ ਮੰਨੇ ਪਤਨੀ ਨੇ ਉਹਨੂੰ ਕਿਹਾ ਤੁਹਾਡੇ ਵਰਗੇ ਮਹਿਮਾਨਾਂ ਦਾ ਕੀ ਹੈ ਭਾਵੇਂ ਵੀ ਆ ਜਾਣ ਮੈਨੂੰ 25 ਸਾਲ ਹੋ ਗਏ ਇਸ ਘਰ 'ਚ ਵਿਆਹ ਹੀ ਆਈ ਨੂੰ ਤੁਸੀਂ ਪਹਿਲੇ ਮਹਿਮਾਨ ਹੋ ਜਿਨ੍ਹਾਂ ਨੇ ਸਾਡੇ ਘਰ ਸ਼ਰਾਬ ਨਹੀਂ ਪੀਤੀ ਤੇ ਅਜਿਹਾ ਨਾਮ ਪੀਣ ਵਾਲੇ ਸ਼ਾਇਦ ਤੁਸੀਂ ਆਖਰੀ ਵੀ ਹੋ ਸਾਡੇ ਤਾਂ ਸਾਰੇ ਪੀਣ ਵਾਲੇ ਹੀ ਆਉਂਦੇ ਐ ਇੱਕ ਵਾਰ ਇਹਨਾਂ ਦੇ ਮਾਮੇ ਦਾ ਪੁੱਤ ਮਿਲਣ ਆਇਆ ਉਹ ਉਮਰ ਚ ਇਹਨਾਂ ਤੋਂ ਕੋਈ 20 ਬਰੇ ਵੱਡਾ ਤੇ ਸੁਭਾ ਸ਼ਾਮ ਪਾਠ ਕਰਦਾ ਮੈਂ ਇਹਨਾਂ ਨੂੰ ਕਿਹਾ ਵੀ ਅੱਜ ਤੁਸੀਂ ਵੀ ਸ਼ਰਾਬ ਦਾ ਨਾਗਾ ਪਾ ਲਓ ਨਹੀਂ ਤਾਂ ਬਾਈ ਕੀ ਸੋਚੂਗਾ ਇਹਨਾਂ ਨੇ ਕਿਹਾ ਠੀਕ ਹੈ ਪਰ ਜਦੋਂ ਹੀ ਹੋਇਆ ਆਥਣ ਇਹ ਤਾਂ ਬੋਤਲ ਖੋਲ੍ਹ ਕੇ ਬੈਠ ਗਏ ਨਾਗਾ ਇਹਨਾਂ ਨੇ ਪਾਉਣਾ ਸੀ ਪਰ ਬਾਈ ਨੇ ਹੀ ਪਾਟਦਾ ਨਾਗਾ ਪਾ ਲਿਆ ਜਿੰਦਰ ਦਾ ਜੀਵਨ ਸਟਾਈਲ ਵੀ ਕੁਝ ਵੱਖਰਾ ਹੀ ਹੈ ਉਹ 6 ਮਹੀਨੇ ਤਾਰਿਆਂ ਦੀ ਛਾਵੇਂ ਛੱਤ ਤੇ ਸੌਂਦਾ ਹੈ ਅਪ੍ਰੈਲ 'ਚ ਹੀ ਆਪਣਾ ਮੰਜਾ ਕੋਠੇ ਤੇ ਚੜਾ ਲੈਂਦਾ ਤੇ ਅਕਤੂਬਰ 'ਚ ਢੇਠਾ ਲਾਉਂਦਾ ਉਹਦੇ ਦਫ਼ਤਰ ਦਾ ਇੱਕ ਕਲਰਕ ਮਾਰਚ ਦੇ ਅਖੀਰ 'ਚ ਉਹਨੂੰ ਪੁੱਛਣ ਲੱਗ ਜਾਂਦਾ ਕੋਠੇ ਚੜ ਸਮਾਗਮ ਕਦਮਾ ਤੇ ਸਤੰਬਰ ਖਤਮ ਹੋਣ ਤੇ ਪੁੱਛਦਾ ਮੰਜਾਲਾ ਸਮਾਗਮ ਕਦੋਂ ਕਰ ਰਿਹਾ ਹੈ ਸਾਈਕਲ ਤੋਂ ਬਿਨਾ ਕੋਈ ਹੋਰ ਦੋ ਪਹੀਆ ਜਾਂ ਚ ਚਪਈਆਵਾਂ ਨਹੀਂ ਚਲਾ ਸਕਦਾ ਗੀਜ਼ਰ ਹੋਣ ਦੇ ਬਾਵਜੂਦ ਉਹ ਠੰਡੇ ਪਾਣੀ ਨਾਲ ਨਹਾਉਂਦਾ ਹੈ ਰੋਜ਼ਾਨਾ ਸਵੇਰ ਸ਼ਾਮ 2 ਘੰਟੇ ਲੰਮੀ ਸੈਰ ਕਰਦਾ ਹੈ ਇੱਕ ਵਾਰ ਉਹ ਮੇਰੇ ਕੋਲ ਇੱਕ ਰਾਤ ਰਿਹਾ ਤੇ ਸੌਣ ਲੱਗਾ ਕਹਿਣ ਲੱਗਾ ਕਿ ਮੈਂ ਤਾਂ ਸਵੇਰੇ 5 ਵਜੇ ਉੱਠ ਕੇ ਸੈਰ ਨੂੰ ਜਾਂਦਾ ਤੇ ਤੁਸੀਂ ਬਾਹਰਲੇ ਗੇਟ ਨੂੰ ਲੋਕ ਨਾ ਲਾਇਓ ਪਰ ਮੈਂ ਗੇਟ ਨੂੰ ਲੋਕ ਲਾ ਕੇ ਚਾਬੀ ਵਿੱਚ ਹੀ ਛੱਡ ਦਿੱਤੀ ਜਿੰਦਰ ਸਵੇਰੇ ਉੱਠਿਆ ਉਹ ਤੋਂ ਲੋਕ ਖੋਲਿਆ ਨਾ ਜਾਏ ਅੰਗੂਠੇ ਦੀ दाब ਬਿਨਾ ਵੱਡੇ ਲੋਕ ਦੀ ਚਾਬੀ ਨੂੰ ਗੇੜਾ ਹੀ ਨਾ ਦੇ ਸਕਿਆ ਅਚਾਨਕ ਮੈਨੂੰ ਜਾਗ ਆ ਗਈ ਜਿੰਦਰ ਗੇਟ ਦੇ ਕੋਲ ਹੀ ਇੱਧਰ ਉੱਧਰ ਵਿੱਚ ਇੰਨੀ ਚਟਲ ਰਿਹਾ ਸੀ ਤੇ ਕਦੇ ਉਹ ਲੋਕ ਖੋਲਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਸੀ ਉਹਦੀ ਹਾਲਤ ਪਿੰਜਰੇ 'ਚ ਫਸੇ ਚੂਹੇ ਵਰਗੀ ਹੋਈ ਪਈ ਸੀ ਉਹਦੀ ਬੇਬਸੀ ਤੇ ਲਾਚਾਰੀ ਵੇਖ ਕੇ ਮੇਰੀਆਂ ਅੱਖਾਂ 'ਚ ਅੰਜੂ ਆ ਗਏ ਜਿੰਦਰ ਨਾਲ ਮੇਰੀ ਦੋਸਤੀ ਸਿਰਫ ਇੱਕ ਦਹਾਕਾ ਹੀ ਪੁਰਾਣੀ ਹੈ ਤੇ ਹੁਣ ਤੱਕ ਸਾਡੀਆਂ ਦਸ ਕੋ ਪਰ ਮੀਆਂ ਮੁਲਾਕਾਤਾਂ ਹੋਈਆਂ ਹੋਣਗੀਆਂ ਪਰ ਫੋਨ ਉੱਪਰ ਸਾਡੀ ਹਰ ਦੂਜੇ ਤੇ ਜੇ ਦਿਨ ਲੰਮੀ ਗੱਲਬਾਤ ਹੋ ਜਾਂਦੀ ਹੈ ਉਹਨੇ ਪੰਜ ਬਹੁਤ ਚਰਚਿਤ ਬਹੁ ਪਛਾਈ ਨਾਵਲਾਂ ਦੀ ਪੁਸਤਕ ਸਮੁੰਦਰ ਘਰ ਤੇ ਜੰਗਲੀ ਕਬੂਤਰ ਐਡਿਟ ਕਰਕੇ ਮੇਰੇ ਨਾਂ ਸਮਰਪਣ ਕੀਤੀ ਹੈ ਮੈਂ ਲਿਖਣ ਦੇ ਮਾਮਲੇ 'ਚ ਹਮੇਸ਼ਾ ਹੀ ਘੌਲੀ ਰਿਆ ਤੇ ਇਸੇ ਕਰਕੇ ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਦੀ ਪ੍ਰੂਣ ਹੱਤਿਆ ਹੋ ਚੁੱਕੀ ਹੈ। ਸਾਣੀ ਪੰਜਾਬ 'ਚ ਮੇਰੀ ਪਹਿਲੀ ਕਹਾਣੀ ਬੀਮਾ ਏਜੰਟ ਛਪਣ ਤੋਂ ਬਾਅਦ ਅਨਖੀ ਸਾਹਿਬ ਜ਼ੋਰ ਦੇ ਕੇ ਮੇਰੇ ਤੋ ਕਹਾਣੀਆਂ ਲਿਖਵਾਉਂਦੇ ਰਹੇ ਐ ਤੇ ਹੁਣ ਜਿੰਦਰ ਨਿਆਰਾ ਲਾ ਲਾ ਕੇ ਮੇਰੇ ਤੋਂ ਕਹਾਣੀਆਂ ਲਿਖਵਾਈਆਂ। ਪ੍ਰੋਫੈਸਰ ਗੁਰਦਿਆਲ ਸਿੰਘ, ਗੁਰਵਚਨ ਸਿੰਘ ਪੁੱਲਰ, ਗੁਰਦੇਵ ਸਿੰਘ ਰੂਪਾਣਾ ਤੇ ਰੇਖਾ ਚਿੱਤਰ ਵੀ ਜਿੰਦਰ ਨੇ ਹੀ ਮੇਰੇ ਤੋਂ ਆਪਣੇ ਮੈਗਜ਼ੀਨ ਸ਼ਬਦ ਲਈ ਆ ਕੇ ਲਿਖਵਾਏ। ਉਹ ਆਪਣੇ ਸ਼ਬਦ ਲਈ ਹਮੇਸ਼ਾ ਹੀ ਚੰਗੇ ਮੈਟਰ ਦੀ ਤਲਾਸ਼ 'ਚ ਰਹਿੰਦਾ। ਤੇ ਆਪਣੇ ਮਨਪਸੰਦ ਲੇਖਕਾਂ ਤੋਂ ਕੁਝ ਨਾ ਕੁਝ ਲਿਖਵਾਉਂਦਾ ਰਹਿੰਦਾ ਹੈ। ਕਈ ਕਹਿੰਦੇ ਕਹਾਉਂਦੇ ਲੇਖਕ ਉਹਦੇ ਨੱਕ ਹੇਠ ਨਹੀਂ ਆਉਂਦੇ। ਸ਼ਿਵ ਕੁਮਾਰ ਤੋਂ ਬਿਨਾ ਉਹ ਹੋਰ ਕਿਸੇ ਕਵੀ ਬਾਰੇ ਗੱਲ ਹੀ ਨਹੀਂ। ਸ਼ਿਵ ਕੁਮਾਰ ਨੂੰ ਇੱਕ ਮਿੱਥ ਮੰਨਦਾ ਹੈ ਤੇ ਉਹਦਾ ਇੰਨਾ ਜ਼ਿਆਦਾ ਪ੍ਰਸ਼ੰਸਕ ਹੈ ਕਿ ਆਪਣੇ ਵੱਡੇ ਲੜਕੇ ਦਾ ਨਾਂ ਹੀ ਉਹਨੇ ਸ਼ਿਵ ਰੱਖਿਆ ਹੋਇਆ ਹੈ। ਆਪਣੇ ਆਪ ਨੂੰ ਫਨੇਖਾ ਸਮਝਣ ਵਾਲੇ ਕਈ ਲੇਖਕਾਂ ਨੂੰ ਤਾਂ ਲੇਖਕ ਹੀ ਨਹੀਂ ਮੰਨਦਾ ਤੇ ਕਹਿ ਦਿੰਦਾ ਛੱਡ ਯਾਰ। ਉਹਨੂੰ ਤਾਂ ਲੇਖਕ ਹੀ ਨਹੀਂ ਮੰਨਦਾ ਤੇ ਕਈਆਂ ਲੇਖਕਾਂ ਨੂੰ ਥਰਡ ਕਲਾਸ ਲੇਖਕ ਕਹਿੰਦਾ ਹੈ। ਇੱਕ ਦਿਨ ਮੈਂ ਪੁੱਛਿਆ ਮੈਨੂੰ ਕਿਹੜੀ ਕਲਾਸ ਦਾ ਲੇਖਕ ਮੰਨਦਾ ਉਹਨੇ ਤੁਰੰਤ ਜਵਾਬ ਦਿੱਤਾ ਤੈਨੂੰ ਆਪਣੇ ਵਰਗਾ ਮੰਨਦਾ ਮੈਂ ਕਿ ਆਪਾਂ ਕਿਹੜੀ ਕਲਾਸ ਚ ਆਉਨੇ ਆ ਇਹ ਤਾਂ ਬਲਦੇਵ ਢਾਲੀ ਵਾਲੀ ਦੱਸ ਸਕਦਾ ਉਹਨੇ ਕਿਹਾ ਤੇ ਖਿੜਖੜਾ ਕੇ ਹੱਸ ਪਿਆ ਪਰ ਮੈਂ ਤਾਂ ਉਹਦੀਆਂ ਕਹਾਣੀਆਂ ਦਾ ਕਦੇ ਵੀ ਪ੍ਰਸ਼ੰਸਕ ਨਹੀਂ ਰਿਹਾ ਕੁਮਾਰੀ ਨੇ ਆਪਣੇ ਭਾਂਡੇ ਨੂੰ ਸਲਾਉਣ ਵਾਂਗ ਮੈਂ ਆਪਣੀਆਂ ਕਹਾਣੀਆਂ ਨੂੰ ਜਿੰਦਰ ਦੀਆਂ ਕਹਾਣੀਆਂ ਤੋਂ ਉੱਚ ਪਾਇਦੀਆਂ ਮੰਨਦਾ ਮੇਰੀਆਂ ਅਨੇਕਾਂ ਹੀ ਕਹਾਣੀਆਂ ਪਾਟਕਾਂ ਦੇ ਚਿੰਤ ਵਿੱਚ ਅਸੀਆਂ ਪਰ ਜਿੰਦਰ ਦੀ ਅਜੇ ਕੋਈ ਕਹਾਣੀ ਨਹੀਂ ਜਿਹੜੀ ਮੇਰੇ ਚੇਤੇ ਚ ਅਸੀ ਹੋਵੇ ਕਤਲ ਕਹਾਣੀ ਤੋਂ ਬਿਨਾ ਉਹਦੀ ਕਿਸੇ ਹੋਰ ਕਹਾਣੀ ਦਾ ਮੇਰੇ ਨਾਂ ਵੀ ਆਦ ਨਹੀਂ ਤੇ ਕਤਲ ਕਹਾਣੀ ਯਾਦ ਰਹਿਣ ਦਾ ਵੀ ਇੱਕੋ ਇੱਕ ਕਾਰਨ ਹੈ ਕਿ ਡਾਕਟਰ ਰਵੀ ਰਵਿੰਦਰ ਵੱਲੋਂ ਇਸ ਇੱਕ ਕਹਾਣੀ 바 ਰਹੀ ਉਹਨੇ 10 ਅਲੋਚਕਾਂ ਤੋਂ ਲੇਖ ਲਖਵਾ ਕੇ ਅਲੋਚਨਾ ਦੀ ਪੁਸਤਕ ਇੱਕ ਕਹਾਣੀ 10 ਦਿਸ਼ਾਵਾਂ ਸੰਪਾਦਿਤ ਕੀਤੀ ਹੈ ਅਲੋਚਨਾ ਦੀ ਪੁਸਤਕ ਵੇਖ ਕੇ ਮੈਂ ਕਹਾਣੀ ਦੁਬਾਰਾ ਪੜੀ ਪਰ ਮੈਨੂੰ ਫੇਰ ਵੀ ਇਸ ਵਿੱਚ ਕੁਝ ਵੀ ਖਾਸ ਨਜ਼ਰ ਨਾ ਆਇਆ ਇਹ ਹਲਕੇ ਪੱਦਰ ਦੀ ਕਹਾਣੀ ਹੀ ਜਾਪੀ ਮਹਿਨਾ ਕੋ ਪਹਿਲਾਂ ਦੀ ਗੱਲ ਹੈ ਕਿ ਪਿੰਡ ਗਿਆ ਤਾਂ ਸ਼ਰੀਕੇ ਚ ਲੱਗਦੇ ਤਾਈ ਦੇ ਮੁੰਡੇ ਘਰ ਚਲਾ ਗਿਆ ਅਸੀਂ ਹਾਣੋ-ਹਾਨੀਆਂ ਇਕੱਠੇ ਖੇਡ ਕੇ ਵੱਡੇ ਹੋਏ ਹਾਂ ਵਿਆਹ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਸੀ ਉਹ ਬਣਦਾ ਤਣਦਾ ਤੇ 50-55 ਨੂੰ ਢੋਕੇ ਵੀ 30-35 ਦਾ ਹੀ ਲੱਗਦਾ ਉਹ ਸ਼ੁਰੂ ਤੋਂ ਹੀ ਰੋਮਾਂਟਿਕ ਤਬੀਅਤ ਦਾ ਬੰਦਾ ਹੈ ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਵੀ ਉਹਦੇ ਅਨੇਕਾਂ ਔਰਤਾਂ ਨਾਲ ਪ੍ਰੇਮ ਸਬੰਧ ਰਹੇ ਹੈ ਇਸੇ ਕਰਕੇ ਦੋਹਾਂ ਜੀਆਂ ਦੀ ਕਦੇ ਵੀ ਨਹੀਂ ਬਣੀ ਉਹਨਾਂ ਦੇ ਦੋ ਬੇਟੀਆਂ ਹੀ ਹਨ ਤੇ ਦੋਨੋਂ ਵਿਆਹ ਦਿੱਤੀਆਂ ਹਨ ਪਰ ਦੋਆਂ ਜੀਆਂ ਦਾ ਇਟ ਖੜਕਾ ਤੇ ਉਹਦੀ ਪੇਣੀ ਅਜੇ ਵੀ ਜਾਰੀ ਹੈ ਮੇਰੇ ਜਾਣ ਤੋਂ ਪਹਿਲਾਂ ਵੀ ਉਹ ਦੋਨੋਂ ਜੀ ਲੜਕੇ ਹਟੇ ਸੀ ਤੇ ਉਹਨੇ ਦਿਨਹੀਂ ਪੀਤੀ ਹੋਈ ਸੀ ਚਾਹ ਦੇਣ ਆਈ ਪਰ ਜਾਈ ਮੇਰੇ ਕੋਲ ਹੀ ਬੈਠ ਕੇ ਉਹਦੀਆਂ ਭੱਦਰਕਾਰੀਆਂ ਦੱਸਣ ਲੱਗ ਪਈ ਜੋ ਮੈਂ ਪਹਿਲਾਂ ਵੀ ਕਈ ਵਾਰ ਸੁਣ ਚੁੱਕਾ ਸੀ ਭਾਬੀ ਸਮਝਾਉਂਦਾ ਇਹਨੂੰ ਆਖ ਕੇ ਭਰਾ ਦੀਆਂ ਸੁਣਨ ਲੱਗ ਪਿਆ ਉਹਦੀਆਂ ਗੱਲਾਂ ਤਾਂ ਮੈਨੂੰ ਪਤਾ ਹੀ ਸੀ ਵੀ ਉਹੀ ਹੋਣੀ ਪਰ ਅੱਜ ਉਹਨੇ ਇੱਕ ਸੰਸਨੀ ਖੇਜ ਪ੍ਰਗਟਾਵਾ ਕਰਕੇ ਮੈਨੂੰ ਚੰਕਾ ਦਿੱਤਾ ਬਹੁਤ ਹੀ ਧੀਮੀ ਵਾਸਟੋਨੀ ਮੈਨੂੰ ਦੱਸਿਆ ਵੱਡੇ ਭਾਈ ਮੈਨੂੰ ਹੁਣ ਐਂ ਲੱਗਦਾ ਹੈ ਵੀ ਇਹ ਮੈਨੂੰ ਮਾਰ ਦੂਗੀ ਸ਼ਰਾਬੀ ਹੋਏ ਦਾ ਜਾ ਤਾਂ ਇਹ ਰਾਤ ਨੂੰ ਮੇਰਾ ਗਲਾ ਘੁੱਟ ਦੋ ਤੇ ਜਾਂ ਫਿਰ ਸੁੱਤੇ ਪਏ ਦੇ ਸਿਰ 'ਚ ਪਾਵਾ ਪੂਆ ਮਾਰ ਕੇ ਮਾਰ ਦੇਉ ਮੈਨੂੰ ਇਹ ਮਾਰੂ ਜ਼ਰੂਰ ਮੈਂ ਤਾਂ ਦੂਸਰੇ ਕਮਰੇ 'ਚ ਇਕੱਲਾ ਪੈਣਾ ਅੰਦਰੋਂ ਕੁੰਡੇ ਲਾ ਕੇ ਸੌਂਦਾ ਉਸੇ ਵਕਤ ਬਿਜਲੀ ਦੇ ਲਸ਼ਕਾਰੇ ਵਾਂਗ ਜਿੰਦਰ ਦੀ ਕਤਲ ਕਹਾਣੀ ਮੇਰੇ ਦਿਮਾਗ 'ਚ ਕੌਂਦ ਗਈ ਕੋਈ ਉਹਦੇ ਨਾਂ ਤੇ ਉਹਦੇ ਧਰਮ ਦਾ ਅੰਦਾਜ਼ਾ ਨਹੀਂ ਲਾ ਸਕਦਾ ਪਰ ਨਾ ਤਾਂ ਵਾਸਤਿਕ ਹੈ ਨਾ ਹੀ ਨਸ ਜੇ ਕੋਈ ਉਹਨੂੰ ਉਹਦਾ ਧਰਮ ਪੁੱਛ ਵੀ ਲਵੇ ਤਾਂ ਉੱਤਰ ਵੀ ਅਜੀਬੋ ਗਰੀਬ ਹੀ ਦਿੰਦਾ ਹੈ ਬਾਈ ਬਰਥ ਮੈਂ ਹਿੰਦੂ ਸੀ ਆਲੇ ਦੁਆਲੇ ਨੇ ਸਿੱਖ ਬਣਾਤਾ ਸ਼ੌਕ ਨਾਲ ਮੁਸਲਮਾਨ ਬਾਈ ਸਟੱਡੀ ਮੈਂ ਕ੍ਰਿਸਚੀਅਨ ਬਣ ਗਿਆ ਉਹਦੇ ਬਾਪ ਦਾਦਾ ਹਿੰਦੂ ਸੀ ਤੇ ਮਾਮਾ ਸਿੱਖ ਹੈ ਮਾ ਰadha ਸੁਆਮੀ ਡੇਰੇ ਦੀ ਪੱਕੀ ਭਗਤ ਇੱਕ ਤੇ ਘਰ ਵਾਲੀ ਸਿੱਖ ਤਰ੍ਹਾਂ ਦੀ ਵੀ ਮਾਤਾ ਨੂੰ ਮੰਨਣ ਵਾਲੀ ਉਨ ਜੋ ਦੀ ਦਿਲਚਸਪੀ ਹਿੰਦੂ ਮਿਥਿਆਸ ਵਿੱਚ ਹੈ ਜਿੱਥੋਂ ਲਿਖਣ ਲਈ ਮਸਾਲਾ ਪਾੜਦਾ ਹੈ ਉਹਨੇ ਆਪਣੀ ਪਤਨੀ ਨੂੰ ਹਦਾਇਤ ਕੀਤੀ ਹੋਈ ਹੈ ਕਿ ਉਹਦੇ ਮਰਨ ਉਪਰੰਤ ਕੋਈ ਧਾਰਮਿਕ ਜਾਂ ਸਮਾਜਿਕ ਸੰਸਕਾਰ ਨਾ ਕੀਤੇ ਜਾਣ ਲਾਸ਼ ਨੂੰ ਸਿਵਿਆਂ 'ਚ ਫੂਕ ਕੇ ਹੱਡੀਆਂ ਨਕਉਦਰ ਕੋਲੋਂ ਲੰਘਦੀ ਗੰਦੀ ਵੇਂ 'ਚ ਸੁੱਟ ਦਿੱਤੀਆਂ ਜਾਣ ਸੱਤਰ ਬਚਾਉਣ ਦੀ ਵੀ ਕੋਈ ਲੋੜ ਨਹੀਂ ਤੇ ਆਪੋ ਆਪਣੇ ਕੰਮੀ ਧੰਦੀ ਲੱਗ ਜਾਣਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਉਹਨੇ ਉਮਰ ਦੇ 7ਵੇਂ ਦਹਾਕੇ 'ਚ ਪ੍ਰਵੇਸ਼ ਕੀਤਾ ਤੇ ਹੁਣ ਅਗਲੀ ਜ਼ਿੰਦਗੀ ਨੂੰ ਬੋਨਸ ਹੀ ਸਮਝ ਰਿਹਾ ਹੈ ਉਹ ਦਿਲ ਦਾ ਸਾਫ਼ ਇਨਸਾਨ ਹੈ ਤੇ ਕਿਸੇ ਦਾ ਮਾੜਾ ਕਰਨਾ ਤਾਂ ਕੀ ਮਾੜਾ ਸੋਚ ਵੀ ਨਹੀਂ ਸਕਦਾ ਉਹ ਯਾਰਾਂ ਦਾ ਯਾਰ ਹੈ ਉਹਨਾਂ ਲਈ ਕੁਝ ਵੀ ਕਰ ਸਕਦਾ ਹੈ ਯਾਰਾਂ ਲਈ ਉਹਦਾ ਤਨ ਮਨ ਧਨ ਹਮੇਸ਼ਾ ਹਾਜ਼ਰ ਹੁੰਦਾ ਹੈ ਜਲੰਧਰ ਦੇ ਇੱਕ ਹਸਪਤਾਲ 'ਚ ਮੈਨੂੰ ਆਪਣੇ ਬੇਟੇ ਨੂੰ 2-3 ਦਿਨ ਰੱਖਣਾ ਪਿਆ ਹਸਪਤਾਲ ਜਲੰਧਰ ਦੇ ਘਰ ਤੋਂ 3-4 ਕਿਲੋਮੀਟਰ ਦੂਰ ਸੀ ਪਰ ਉਹ ਚਾਰੇ ਪੰਜੇ ਡੰਗ ਰੋਟੀ ਚਾਹ ਆਦ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਆਪਣੇ ਸਾਈਕਲ ਤੇ ਖੁਸ਼ੀ-ਖੁਸ਼ੀ ਢੋਂਦਾ ਰਿਹਾ ਉ ਘੁੰਮਣ ਫਿਰਨ ਦਾ ਬਹੁਤ ਸ਼ੁਕੀਨ ਹੈ ਬਾਹਰਲੇ ਕਈ ਦੇਸ਼ਾਂ ਦਾ ਉਹ ਕਈ-ਕਈ ਵਾਰ ਪਰਮਣ ਕਰ ਚੁੱਕਾ ਹੈ ਆਪਣੇ ਦੇਸ਼ ਵੀ ਬਹੁਤ ਵਿਸ਼ਾਲ ਤੇ ਰੰਗ-ਬਰੰਗਾ ਹੈ ਤੇ ਜਿੰਦਰ ਦੀ ਹਮੇਸ਼ਾ ਹੀ ਕਿਤੇ ਨਾ ਕਿਤੇ ਜਾਣ ਦੀ ਸਲਾਹ ਬਣੀ ਰਹਿੰਦੀ ਹੈ ਪਿਛਲੇ 1 ਸਾਲ ਤੋਂ ਮੈਨੂੰ ਕਹਿ ਰਿਹਾ ਹੈ ਕਿ ਆਪਾਂ ਇਕੱਠਿਆਂ ਨੇ ਘੁੰਮਣ ਜਾਣਾ ਪਰ ਅਜੇ ਤੱਕ ਮੈਂ ਉਹਦੇ ਨਾਲ ਨਹੀਂ ਜਾ ਸਕਿਆ ਹਰਦੁਆਰ ਜਾ ਕੇ ਕੁਝ ਦਿਨ ਰਹਿਣ ਦੀ ਵੀ ਉਹਦੀ ਬੜੀ ਇੱਛਾ ਹੈ ਅਕਤੂਬਰ 17 ਦੇ ਪਹਿਲੇ ਹਫ਼ਤੇ ਇੱਕ ਦਿਨ ਉਹਨੇ ਦੱਸਿਆ ਕਿ ਉਹ ਅਗਲੇ ਸੋਮਵਾਰ ਤੋਂ 1 ਮਹੀਨੇ ਲਈ ਹਰਦੁਆਰ ਜਾ ਰਿਹਾ ਹੈ ਇਸ ਸਮੇਂ ਦੌਰਾਨ ਉਹ ਆਪਣਾ ਫੋਨ ਬੰਦ ਹੀ ਰੱਖੇਗਾ ਤੇ ਸਿਰਫ ਰਾਤ ਸਮੇਂ ਇੱਕ ਵਾਰ ਪਤਨੀ ਨਾਲ ਗੱਲ ਕਰਿਆ ਕਰੇਗਾ ਹਫਤੇ ਤੋਂ ਬਾਅਦ ਹੀ ਮੈਂ ਆਪਣਾ ਫੋਨ ਤੇ ਉਹਦੀ ਮਿਸ ਕਾਲ ਵੇਖੀ ਇੱਕ ਦਿਨ ਹੋਰ ਬੀਤ ਗਿਆ ਤੀਜੇ ਦਿਨ ਮੈਂ ਉਹਨੂੰ ਫੋਨ ਕੀਤਾ ਸ਼੍ਰੀਮਾਨ ਜੀ ਕੀ ਗੱਲ ਹੋ ਗਈ ਆਪਾਂ ਤਾਂ ਫੋਨ ਹੀ ਬੰਦ ਰੱਖਣਾ ਸੀ ਬਸ ਗੱਲ ਹੀ ਅਜਿਹੀ ਹੋ ਗਈ ਇਹੋ ਜਿਹੀ ਕੀ ਗੱਲ ਹੋ ਗਈ ਸੁਖਤੇ ਹੈ ਮੈਂ ਹੈਰਾਨ ਹੁੰਦੇ ਪੁੱਛਿਆ ਉੱਥੇ ਮੇਰੀ ਦੋਸਤ ਪੁਸ਼ਪਾ ਮਿਲ ਗਈ ਸੀ ਹੈ ਮੈਂ ਚੌਂਕਿਆ ਤੇ ਫਿਰ ਉਹਨੇ ਦੱਸਿਆ ਕਿ ਇੱਕ ਸ਼ਾਮ ਜਦੋਂ ਹਰ ਕੀ ਪੌੜੀ ਉੱਪਰ ਆਰਤੀ ਹੋ ਰਹੀ ਸੀ ਤਾਂ ਮੈਂ ਭੀੜ ਤੋਂ ਡਰ ਕੇ ਪਿਛਾਂ ਆ ਗਿਆ ਅਚਾਨਕ ਮੇਰੀ ਨਜ਼ਰ ਇੱਕ ਜਨਾਨੀ ਤੇ ਪਈ ਜੋ ਕੋਲੋਂ ਦੀ ਲੰਘ ਰਹੀ ਸੀ ਮੈਂ ਕਿਸੇ ਵੀ ਜਾਣੂ ਨੂੰ ਉਹਦੇ ਪਿੱਛੇ ਤੋਂ ਪਛਾਣ ਸਕਦਾ ਉਹਨੂੰ ਦੇਖਦੇ ਹੀ ਮੇਰੇ ਸਰੀਰ 'ਚ ਝਰਨਾਟ ਦੌੜ ਗਿਆ ਮੈਂ ਤੇਜ਼ੀ ਨਾਲ ਉਹਨੂੰ ਅੱਗੇ ਜਾ ਕੇ ਮਿਲਿਆ ਉਹ ਕੁਸ਼ਪਾਈ ਸੀ ਮੈਂ ਕਿਹਾ ਨਮਸਤੇ ਮੈਡਮ ਪਰ ਉਚਕ ਚਾਪ ਤੁਰਦੀ ਰਹੀ ਮੈਂ ਕਿਹਾ ਇਹ ਚਿਰਾਗ ਬੁਝ ਰਹੇ ਹਨ ਮੇਰੇ ਜਲਤੇ ਜਲਤੇ ਉਹ ਰੁਕ ਗਈ ਤੇ ਹੈਰਾਨੀ ਨਾਲ ਕੁਝ ਦੇਰ ਮੇਰੇ ਚਿਹਰੇ ਵੱਲ ਵੇਖਦੀ ਰਹੀ ਮੈਂ ਬੁੱਤ ਬਣਿਆ ਖੜਾ ਰਿਆ ਮੇਰੇ ਦਿਲ ਦੀ ਧੜਕਣ ਬਹੁਤ ਹੀ ਤੇਜ਼ ਹੋ ਗਈ ਮੈਂ ਅੱਖਾਂ ਉਹਦੀਆਂ ਅੱਖਾਂ 'ਚ ਗੱਡ ਦਿੱਤੀਆਂ ਅਗਲੇ ਪਲ ਹੀ ਉਹ ਭੱਜ ਕੇ ਮੇਰੇ ਗਲ ਨੂੰ ਝੰਬੜ ਗਈ ਜਦੋਂ ਅਸੀਂ ਮਿਲਦੇ ਹੁੰਦੇ ਸੀ ਤਾਂ ਪਾਕੀਜ਼ਾ ਫਿਲਮ ਦੀਆਂ ਇਹ ਲਾਈਨਾਂ ਉਹ ਅਕਸਰ ਹੀ ਗੁੰਗੜਾਇਆ ਕਰਦੀ ਸੀ ਮੈਂ ਉਹਦਾ ਹੱਥ ਫੜਿਆ ਉੱਥੋਂ ਬਾਹਰ ਲਿਆਇਆ ਫਿਰ ਅਸੀਂ 3-4 ਘੰਟੇ ਇੱਕ ਰੈਸਟੋਰੈਂਟ 'ਚ ਬੈਠੇ ਰਹੇ ਵਿਆਤ ਤੋਂ ਬਾਅਦ ਇੰਗਲੈਂਡ ਚਲੀ ਗਈ ਸੀ ਉਹਦੇ ਪਤੀ ਦੀ ਮੌਤ ਹੋ ਗਈ ਹੈ ਉਹ ਹਰਦਵਾਰੋਂ ਦੇ ਫੁੱਲ ਪਾਉਣ ਨਹੀਂ ਆਈ ਸੀ ਉਹ ਬਿਲਕੁਲ ਨਹੀਂ ਬਦਲੀ ਪਰ ਕੁਝ ਮੋਟੀ ਜ਼ਰੂਰ ਹੋ ਗਈ ਜਿੰਦਰ ਇੱਕ ਗੱਲ ਦੱਸ ਜਦ ਤੂੰ ਹਾਦਸੇ ਤੋਂ ਬਾਅਦ ਹਸਪਤਾਲ ਚ ਬੈੱਡ ਤੇ ਪਿਆ ਸੀ ਤਾਂ ਪੁਸ਼ਪਾ ਤੇਨੂੰ ਵੇਖਣ ਆਈ ਸੀ ਮੈਂ ਉਹਨੂੰ ਟੋਕ ਕੇ ਸਵਾਲ ਕੀਤਾ ਅਵਸ਼ ਜਿੰਦਰ ਨੇ ਕਿਹਾ ਫਿਰ ਉਹਨੇ ਦੱਸਿਆ ਕਿ ਬਾਅਦ ਚੋਂ ਦੂਰ ਕਿਸੇ ਦੁਕਾਨ ਤੋਂ ਕਾਗਜ਼ ਖਰੀਦ ਕੇ ਲਿਆਇਆ ਆਪਣੀ ਸਵੈ ਜੀਵਨੀ ਦੇ ਅਗਲੇ ਭਾਗ ਦੇ ਦੋ ਚੈਪਟਰ ਲਿਖ ਦਿੱਤੇ ਮੈਂ ਸਭ ਸਮਝ ਗਿਆ ਸੀ ਤੇ ਹੁਣ ਮੈਂ ਜਿੰਦਰ ਤੋਂ ਹੋਰ ਕੁਝ ਵੀ ਨਹੀਂ ਸੁਣ ਸੁਣਨਾ ਚਾਹੁੰਦਾ ਸੀ ਮੈਂ ਕਿਹਾ ਕਿ ਆਪਾਂ ਹੁਣ ਕੱਲ ਜਾਂ ਪਰਸੋਂ ਗੱਲ ਕਰਾਂਗੇ ਤੇ ਫੋਨ ਕੱਟ ਦਿੱਤਾ ਅਸੀਂ ਕਹਾਣੀਕਾਰ ਜਦੋਂ ਕੋਈ ਕਹਾਣੀ ਲਿਖ ਲੈਂਦੇ ਆ ਤਾਂ ਬਾਅਦ ਚ ਉਹਦੀਆਂ ਕਲਪਿਤ ਗੱਲਾਂ ਜਾਂ ਪਾਤਰ ਸਾਨੂੰ ਵੀ ਸਭ ਅਸਲੀ ਜਾਪਣ ਲੱਗ ਪੈਂਦੇ ਆ ਅਸੀਂ ਆਪਣੇ ਹੀ ਘੜੇ ਪਾਤਰਾਂ ਦੇ ਦੁੱਖ ਦਰਦ ਆਪ ਹੀ ਪੜ੍ਹ ਕੇ ਰੋ ਪੈਂਦੇ ਆ ਜਿੰਦਰ ਵੀ ਹਰਦوار ਬੈਠ ਕੇ ਆਪਣੀ ਸਵੈ ਜੀਵਨੀ ਦੇ ਅਗਲੇ ਚੈਪਟਰ ਲਿਖਣ ਲੱਗਿਆ ਤਉਹਾਨੂੰ ਵੀ ਪੁਸ਼ਪਾ ਦੇ ਅਚਾਨਕ ਮਿਲ ਜਾਣ ਦਾ ਭਰਮ ਸਿਰ ਜਲਿਆ ਜਿਵੇਂ ਉਹਨੇ ਹਾਦਸੇ ਤੋਂ ਬਾਅਦ ਪੁਸ਼ਪਾ ਦੇ ਹਸਪਤਾਲ ਆ ਕੇ ਉਹਨੂੰ ਵੇਖਣ ਦਾ ਸਿਰ ਜਿਆ ਸੀ ਤੇ ਹੁਣ ਵੀ ਉਸੇ ਭਰਮ ਦਾ ਅਸਰ ਹੇਠ ਉਹ ਮੈਨੂੰ ਦੱਸ ਰਿਹਾ ਸੀ ਕਿ ਪੁਸ਼ਪਾ ਸੱਚਮੁੱਚ ਹੀ ਮਿਲ ਗਈ ਹੈ ਜਿੰਦਰ ਜੇ ਤਾਨੂੰ ਪੁਸ਼ਪਾ ਮਿਲਨੀ ਹੁੰਦੀ ਤਾਂ ਪਹਿਲਾਂ ਮਿਲ ਗਈ ਹੁੰਦੀ ਜਿੰਦਰ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਦੁਸ਼ਵਾਰੀਆਂ ਭਰੀ ਇਕੱਠ ਨਹੀਂ ਰਹੀ ਹੈ ਬਚਪਨ ਤੋਂ ਜਵਾਨੀ ਤੱਕ ਜਵਾਨੀ ਤੋਂ ਵਿਆਹ ਤੱਕ ਤੇ ਵਿਆਹ ਹੋਣ ਤੋਂ ਸਰਕਾਰੀ ਨੌਕਰੀ ਮਿਲਣ ਤੱਕ ਉਹਨੇ ਦੁੱਖ ਹੀ ਭੋਗਿਆ ਕੁਝ ਵੀ ਚੰਗਾ ਨਹੀਂ ਵਾਪਰਿਆ ਜਿਸ ਤੇ ਮਾਣ ਕੀਤਾ ਜਾ ਸਕੇ ਅਜਈ ਮਾਨਸਿਕਤਾ ਦਾ ਬੰਦਾ ਜੇ ਕੋਈ ਭਰਮ ਸਿਰਜ ਲੈਂਦਾ ਹੈ ਤਾਂ ਮਾੜਾ ਵੀ ਕੀ ਹੈ ਜ਼ਿੰਦਗੀ ਤਾਂ ਅਕਸਰ ਬਸ ਕਰਨੀ ਹੈ ਧੰਨਵਾਦ